ਤਸਵੀਰ ਦੇਖ ਰਹੇ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਬੇਅਦਬੀ ਤੋਂ ਗੋਲੀਕਾਂਡ ਤੱਕ ਬਹੁਤ ਚਰਚਾਵਾਂ ਹੋਈਆਂ, ਬਹੁਤ ਬਹਿਸਾਂ ਹੋਈਆਂ, ਸਰਕਾਰਾਂ ਤੱਕ ਬਦਲ ਗਈਆਂ ਅਤੇ ਰੈਲੀਆਂ ਬੜੀਆਂ ਹੋਈਆਂ, ਸਿਆਸਤ ਦੇ ਇੱਕ ਦੂਜੇ 'ਤੇ ਇਲਜ਼ਾਮ ਤਰਾਸ਼ੀਆਂ ਬਹੁਤ ਕੀਤੀਆਂ ਗਈਆਂ, ਸਦਨ ਤੱਕ ਮਾਮਲੇ ਪਹੁੰਚੇ, ਅਦਾਲਤਾਂ ਤੱਕ ਮਾਮਲੇ ਪਹੁੰਚੇ, ਕੇਂਦਰ ਤੱਕ ਮਾਮਲੇ ਪਹੁੰਚੇ, SIT ਤੋਂ CBI ਤੱਕ, ਅਤੇ ਕਮਿਸ਼ਨ ਜਿਹੜੇ ਬਣੇ ਸੀ 3 ਕਮਿਸ਼ਨ, ਉਹਨਾਂ ਨੇ ਵੀ ਜਾਂਚ ਪੜਤਾਲ ਕੀਤੀ। ਪਰ ਹੁਣ ਤੱਕ ਨਿਕਲਿਆ ਕਿ ਸਵਾਲ ਹੁਣ ਸਦਨ ਵਿੱਚ ਵੀ ਪੁੱਛੇ ਜਾਣ ਲੱਗ ਪਿਆ, ਬੇਅਦਬੀ ਦਾ ਸਵਾਲ ਵੀ ਸਦਨ ਵਿੱਚ ਗੂੰਜਿਆ ਅਤੇ ਬਹਿਬਲ ਕਲਾਂ ਗੋਲੀਕਾਂਡ ਅਤੇ ਮੁੱਖਵਾਦ ਦੀ ਮੌਤ ਦਾ ਮਾਮਲਾ ਵੀ ਗੂੰਜਿਆ। ਇਸ 'ਤੇ ਸਿਆਸਤ ਹੋਈ ਹੈ, ਪਰ ਸਿਆਸਤ ਵਿੱਚ ਵਾਲੇ ਸਵਾਲ ਇੱਕੋ ਹੀ ਵੱਜਦਾ ਅਤੇ ਉਹੀ ਸਵਾਲ ਅਸੀਂ ਪੁੱਛ ਰਹੇ ਹਾਂ, ਬੇਅਦਬੀ ਅਤੇ ਗੋਲੀਕਾਂਡ ਤੱਕ ਬਾਦਲ ਕੈਪਟਨ ਨੇ ਹੁਣ ਤੱਕ ਕੀਤਾ ਕੀ? ਸਿਆਸਤ ਕਹਿੰਦੀ ਕੀ ਹੈ, ਪੀੜਤ ਪਰਿਵਾਰ ਕੀ ਕਹਿ ਰਿਹਾ, ਪਹਿਲਾਂ ਸੁਣ ਲਈਏ। ਮੈਨੂੰ ਕੋਈ ਬੰਦਾ ਬਾਂਹ ਖੜੀ ਕਰਕੇ ਕਹੇ ਮੈਂ 1 ਰੁਪਈਏ ਦੀ ਸਰਕਾਰ ਤੋਂ ਮੰਗ ਨਹੀਂ ਮੰਗਦੀ, ਨਾ ਮੈਂ ਲੈਣਾ, ਗੰਦਗੀ ਖਾਊਂ ਜੇ ਮੈਂ ਸਰਕਾਰ ਤੋਂ ਪੈਸਾ ਲਊਂ ਤਾਂ, ਅਤੇ ਨਾ ਮੈਂ ਇਹ ਨੌਕਰੀ ਲੈਣੀ ਹੈ, ਪਰ ਮੈਨੂੰ ਇਨਸਾਫ ਮਿਲਣਾ ਚਾਹੀਦਾ, ਅਤੇ ਨਹੀਂ ਮੈਂ ਕਿੱਕੀ ਢਿੱਲੋਂ ਦੀ ਕੋਠੀ ਮੂਹਰੇ ਜਾ ਕੇ ਆਪਦੇ ਆਪ ਨੂੰ ਅੱਗ ਲਾਊਂਗੀ। ਇੱਥੋਂ ਤੱਕ ਹੈ, ਜੇ ਮੇਰੇ ਪਤੀ ਦਾ ਇਨਸਾਫ ਨਾ ਮਿਲਿਆ, ਮੈਥੋਂ ਜੋ ਵੀ ਹੋਇਆ ਮੈਂ ਉਹ ਕਰੂੰਗੀ। ਕੀ ਕਿੱਕੀ ਢਿੱਲੋਂ ਅਤੇ ਕਾਂਗੜ ਅਬਵ ਦੀ ਲੋ ਹੋ ਗਏ? ਬਹਿਬਲ ਕਲਾਂ ਗੋਲੀ ਕਾਂਡ ਦੇ ਮਸਲੇ 'ਚ ਜੋ ਅਫਸਰਾਂ ਦੀ ਮਦਦ ਕਰਨ ਲੱਗ ਗਏ ਕਾਂਗਰਸੀ, ਉਹ ਅਬਵ ਐਵਰੀਥਿੰਗ ਹੋ ਗਏ? ਅੱਜ ਕਈਆਂ ਨੂੰ ਜਵਾਬ ਦੇਣਾ ਪੈਣਾ। ਫਿਰ ਬੀਬੀ ਨੇ ਜੇ ਬੋਲਣਾ ਹੈ, ਜੇ ਵਿਧਾਨ ਸਭਾ ਆਉਣਾ ਹੈ, ਜੇ ਇਹ ਕਾਂਗਰਸ ਦੀ ਇਹਨਾਂ ਸੰਪਰਕ 'ਚ ਪਹਿਲਾਂ ਇਹ ਕਾਂਗਰਸ ਦੀ ਰਹੇ ਆ ਤੇ ਉਹ ਲੈ ਆਉਂਦੇ। ਜੇ ਬਾਕੀ ਦੇ ਗਵਾਹਾਂ ਦੀ ਗੱਲ ਕਰਕੇ ਤੇ ਇਹਨਾਂ ਨੂੰ ਵਿੱਚੋਂ ਕਿਉਂ ਨਹੀਂ, ਇਹਨਾਂ ਦੀ ਨੁਕਸਾਨ ਤਾਂ ਇਹਨਾਂ ਦਾ ਹੋਇਆ। ਵੀ ਜਦੋਂ ਬਾਈਬਲ ਕਲਾਂ ਕਾਂਡ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਹੋਏ, ਕਾਂਡ ਵਾਪਰਨ ਤੋਂ ਬਾਅਦ ਸੁਖਬੀਰ ਬਾਦਲ ਨੇ ਬਹੁਤ ਲਾਸ਼ਾਂ ਨੂੰ ਕਰੋੜਾਂ ਰੁਪਈਆ ਦੇ ਕੇ ਵੀ ਪਾਸੇ ਆਸੇ ਕਰਾਇਆ ਗਿਆ। ਹੁਣ ਇਹ ਵੇਖ ਲਓ ਵੀ ਜੇ ਸੁਖਬੀਰ ਬਾਦਲ ਉੱਥੇ ਪਈਆਂ ਲਾਸ਼ਾਂ ਨੂੰ, ਢੇਰਾਂ ਨੂੰ ਪੈਸੇ ਦੇ ਕੇ ਖੁਰਦਬਦ ਕਰਾਉਂਦਾ, ਤਾਂ ਫਿਰ ਇਹ ਵੇਖ ਲਓ ਵੀ ਗੁਨਾਹਗਾਰ ਕੌਣ ਹੈ? ਗੁਰਪ੍ਰੀਤ ਸਿੰਘ ਕਾਂਗੜ ਦੇ ਕੁਸ਼ਲਦੀਪ ਸਿੰਘ ਢਿੱਲੋਂ ਗੁਨਾਹਗਾਰ ਹੈ ਕਿ ਸੁਖਬੀਰ ਬਾਦਲ ਮਜੀਠੀਆ ਜਾਂ ਇਹ ਸਾਰਾ ਪਰਿਵਾਰ ਆਪ ਇਹ ਇਸ ਗੱਲ ਦੇ ਜ਼ਿੰਮੇਵਾਰ ਨੇ ਕਿ ਪੈਸੇ ਦੇਣੇ, ਬੰਦਿਆਂ ਨੂੰ ਬਰਾਈਬ ਕਰਨਾ, ਇਹ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦਾ ਇਹ ਕੰਮ ਹੈ, ਸਾਡਾ ਕੰਮ ਨਹੀਂ। ਇਹੀ ਇਹ ਕੰਮ ਕਰਦੇ ਆ, ਇਹਨਾਂ ਦਾ ਕਿੱਤਾ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦਾ ਕਿਵੇਂ ਪੈਸੇ ਦੇਈਦੇ ਆ, ਕਿਵੇਂ ਲੋਕਾਂ ਨੂੰ ਬਰਾਈਬ ਕਰਦੇ ਅਤੇ ਕਿਵੇਂ ਇਹ ਸਭ ਕੁਝ ਚਲਾਈਦਾ, ਇਹਨਾਂ ਦਾ ਇਹ ਕੰਮ ਹੈ। ਤੁਸੀਂ ਦੇਖੋ, ਤੁਸੀਂ ਛੱਡੋ, ਇਹਨਾਂ ਦਾ ਅਕਾਲ ਤਖਤ ਦੇ ਜਥੇਦਾਰ ਤੋਂ ਗਲਤ ਦਵਾਤੀ ਸੀਗੀ ਆਪਣੀ ਮਾਫ਼ੀਨਾਮੇ। ਜਿਹੜਾ ਬੰਦਾ ਹੈ, ਜਿਹੜੇ ਬੰਦੇ ਐਡੇ ਛਾਤਰ ਹੈ, ਆਪਦੇ ਨਿੱਜੀ ਫਾਇਦੇ ਵਾਸਤੇ ਅਕਾਲ ਤਖਤ ਨੂੰ ਵਰਤ ਸਕਦੇ ਆ, ਉਹ ਤੁਹਾਨੂੰ ਮੈਨੂੰ ਕੀ ਦਵਾਲ ਹੈ? ਜਾਂ ਉਹ ਵਿਚਾਰੀ ਇੱਕ ਸੁਰਜੀਤ ਕੌਰ ਉਹਦੀ ਘਰਵਾਲੀ ਨੂੰ ਕੀ ਦਵਾਲ ਹੈ? ਸਵਾਲ ਇੱਕੋ ਪੁੱਛਿਆ ਜਾਵੇਗਾ, ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ, ਬੇਅਦਬੀ ਅਤੇ ਗੋਲੀਕਾਂਡ ਤੱਕ ਸਿਆਸਤ ਤੋਂ ਅੱਗੇ ਕਦੇ ਕੁਝ ਹੋਵੇਗਾ? ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰੁਫ ਕਰਾ ਰਿਹਾ। ਨਰੇਸ਼ ਸ਼ਰਮਾ ਸੀਨੀਅਰ ਜਰਨਲਿਸਟ ਨੇ, ਬੜਾ ਲੰਬਾ ਤਜਰਬਾ ਇਹਨਾਂ ਨੂੰ ਸਦਨ ਵਿੱਚ ਵੀ ਰਹੇ ਅੱਜ, ਅਤੇ ਤਾਂ ਕਿ ਇਹਨਾਂ ਨੂੰ ਸੱਦਿਆ, ਪ੍ਰੈਸ ਕਾਨਫਰੰਸ ਵੀ ਇਹਨਾਂ ਨੇ ਸੁਣੀ ਹੈਗੀ ਹੈ। ਸ਼ਰਮਾ ਤੁਹਾਡਾ ਬਹੁਤ ਸਵਾਗਤ ਹੈ, ਅਰਸ਼ਵੀਤ ਸਿੰਘ ਕਲੇਸ਼ ਸ਼੍ਰੋਮਣੀ ਅਕਾਲੀ ਦਲ ਤੋਂ ਨੇ, ਕਲੇਸ਼ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਗੁਰਮਨੀਤ ਸਿੰਘ ਮਾਂਗੜ ਕਾਂਗਰਸ ਤੋਂ ਨੇ, ਮਾਂਗੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਬੁਲਾ ਰਿਹਾ, ਸੰਘੇੜਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਪ੍ਰੈਸ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ, ਪ੍ਰੈਸ ਮਨਜੀਤ ਸਿੰਘ, ਮੇਰਾ ਸਵਾਲ ਤੁਹਾਨੂੰ ਪੁੱਛੂੰਗਾ, ਬੇਅਦਬੀ ਅਤੇ ਗੋਲੀਕਾਂਡ ਤੱਕ ਸਿਆਸਤ ਤੋਂ ਅੱਗੇ ਕਦੇ ਕੁਝ ਹੋਵੇਗਾ ਜਾਂ ਨਹੀਂ? ਬਹੁਤ ਮੁਸ਼ਕਲ ਲੱਗ ਰਿਹਾ ਜੋ ਅਜੇ ਤੱਕ ਲੱਗ ਰਿਹਾ, ਉਹ ਤਾਂ ਆ ਕਿ ਸਿਆਸਤ ਹੀ ਹੋ ਰਹੀ ਆ। ਪਹਿਲਾਂ ਤਾਂ ਇਹਨਾਂ ਬੇਅਦਬੀਆਂ ਦੇ ਉੱਤੇ ਸਿਆਸਤ ਹੋ ਰਹੀ ਸੀ, ਹੁਣ ਗਵਾਹਾਂ 'ਤੇ ਸਿਆਸਤ ਹੋ ਰਹੀ ਹੈ। ਔਰ ਇਹ ਹੈਰਾਨੀ ਦੀ ਗੱਲ ਇਹ ਆ ਕਿ ਐਡੀ ਵੱਡੀ ਅਕਾਲੀ ਦਲ ਅਤੇ BJP ਦੀ ਸਰਕਾਰ ਨੂੰ ਸਜ਼ਾ ਮਿਲੀ, ਸਾਰਿਆਂ ਨੇ ਸਾਹਮਣੇ ਦੇਖਿਆ ਆ, ਔਰ ਉਹਦੇ ਬਾਅਦ ਵੀ ਕਾਂਗਰਸ ਪਾਰਟੀ ਅਜੇ ਤੱਕ ਸਿੱਖਣ ਲਈ ਤਿਆਰ ਨਹੀਂ। 1.5 ਸਾਲ ਤੋਂ ਉੱਪਰ ਟਾਈਮ ਹੋ ਗਿਆ, ਕਾਂਗਰਸ ਪਾਰਟੀ ਸਿੱਖਣ ਲਈ ਤਿਆਰ ਨਹੀਂ ਜਾਂ ਕਾਂਗਰਸ ਪਾਰਟੀ ਬਚਾ ਰਹੀ ਹੈ? ਮੇਰਾ ਖਿਆਲ ਹੈ ਫਿਰ ਜੇ ਨਹੀਂ ਸਿੱਖਦੀ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਮਤਲਬ ਨਹੀਂ ਨਾ, ਫਿਰ ਸਿੱਧੀ ਗੱਲ ਕਰੋ ਨਾ ਤੁਸੀਂ, ਪ੍ਰਸਮ ਜੀ ਸੇ ਤੁਸੀਂ ਤਾਂ ਸਾਰਾ ਕੇਸ ਸਟੱਡੀ ਕਰ ਚੁੱਕੇ ਹੋ, ਤੁਸੀਂ ਕਿਉਂ ਨਹੀਂ ਬੋਲਦੇ? ਬਿਲਕੁਲ ਬਿਲਕੁਲ, ਮੈਂ ਅਗਲੀ ਗੱਲ ਉਹੀ ਕਹਿਣ ਲੱਗਾ ਸੀ, ਜਿੱਥੇ ਸਾਫ਼ ਹੋ ਜਾਣੀ ਸੀ ਗੱਲ ਕਿ ਜਿਹੜਾ ਸਪੈਸ਼ਲ ਅਸੈਂਬਲੀ ਦਾ ਸੈਸ਼ਨ ਕਰਕੇ ਲਾਈਵ ਸਾਰਿਆਂ ਨੂੰ ਦਿਖਾਇਆ ਗਿਆ, ਹਾਲਾਂਕਿ ਮੈਨੂੰ ਲੱਗਦਾ ਉਹ ਕਾਂਗਰਸ ਨੂੰ ਹੀ ਮਹਿੰਗਾ ਪਿਆ ਹੋਊਗਾ ਇੰਨੇ ਵੇ, ਕਿਉਂਕਿ ਇਹਨਾਂ ਦੀ ਆਪਣੀ ਸਾਰੀ ਕੈਬਨਿਟ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਹੋਰ ਸਾਰੇ ਸਿੱਧੂ ਵਗੈਰਾ ਝੋਲੀਆਂ ਅੱਡ ਅੱਡ ਕੇ ਚੀਫ ਮਿਨਿਸਟਰ ਦੀ ਘੇਰਾਬੰਦੀ ਕਰਦੇ ਸੀ, ਤੁਸੀਂ ਛੇਤੀ ਕਰੋ ਨਹੀਂ ਤਾਂ ਸਾਰੇ ਉੱਥੇ ਵੀ ਜਾਇਆ ਸੀ, ਬਰਗਾੜੀ ਮੋਰਚੇ ਵੀ ਜਾਇਆ ਸੀ ਸਾਰੇ। ਬਿਲਕੁਲ, ਹੁਣ ਇੰਨਾ ਕੁਝ ਹੋਣ ਤੋਂ ਬਾਅਦ, ਸਾਰੇ ਪੰਜਾਬ ਨੂੰ ਸਾਰਿਆਂ ਨੂੰ ਦਿਖਾਉਣ ਤੋਂ ਬਾਅਦ ਜੇ ਅਜੇ ਵੀ ਕੋਈ ਉਹਦੇ 'ਤੇ ਐਕਸ਼ਨ ਨਹੀਂ ਹੋ ਰਿਹਾ, ਮੈਂ ਇੱਕ ਗੱਲ ਦੱਸਾਂ, ਵਿੱਚੇ ਕੁਝ ਲੋਕ ਇਹਨਾਂ ਦੇ ਕਾਂਗਰਸ ਦੇ ਬੁਲਾਰੇ ਇਹ ਗੱਲ ਦਾ ਆਰਗੂਮੈਂਟ ਲੈ ਰਹੇ ਆ, ਦੇਖੋ ਜੀ ਉਹ CBI ਕੋਲ ਚਲੇ ਗਈ, ਫਿਰ ਉਹ ਕੋਰਟ 'ਚ ਚਲੇ ਗਈ, ਹੁਣ ਉਹ ਫੈਸਲਾ ਹੋ ਗਿਆ, ਹੁਣ SIT ਦੁਬਾਰਾ। ਪਰ ਮੈਨੂੰ ਇਹ ਪਤਾ ਕਿ 1.5 ਸਾਲ ਟਾਈਮ ਹੋ ਗਿਆ ਜਦੋਂ ਦੀ ਇਹ ਰਿਪੋਰਟ, ਸਾਰੇ ਕੁਝ ਕੇਸ ਕਲੀਅਰ ਆ, ਜਿਹੜੀ SIT ਵੱਲੋਂ ਕੋਈ ਕਮੀ ਨਹੀਂ ਹੈਗੀ, ਪੋਲੀਟੀਕਲ ਲੈਵਲ ਦੇ ਉੱਤੇ ਉਸ ਨੂੰ ਐਕਸ਼ਨ ਦੇ ਵਿੱਚ ਨਹੀਂ ਲਿਆ। ਤੁਹਾਨੂੰ ਲੱਗਦਾ ਪੋਲੀਟੀਕਲ ਵਿਲ ਦੀ ਕਮੀ ਹੈ? ਬਿਲਕੁਲ। ਨਰੇਸ਼ ਸ਼ਰਮਾ ਜੀ,
ਤੁਹਾਨੂੰ ਸਿਆਸਤ ਤੋਂ ਅੱਗੇ ਕੁਝ ਜਾਪਦਾ ਕੁਝ ਹੋਊਗਾ ਜਾਂ ਅਸੀਂ ਸਿਰਫ ਬਹਿਸਾਂ ਹੀ ਕਰੀ ਜਾਵਾਂਗੇ ਬਸ ਇਸ ਮੁੱਦੇ ਤੇ ਹੁਣ ਕੀ ਹੋਊਗਾ ਹੁਣ ਕੀ ਹੋਊਗਾ? ਵੋਟਾਂ ਵੀ ਬੜੀਆਂ ਟਪਾ ਲਈਆਂ ਨੇ, ਵੋਟਾਂ ਵੀ ਲੈ ਲਈਆਂ ਸਾਰੀਆਂ ਨੇ, ਹੁਣ ਅਗਲੀਆਂ ਵੋਟਾਂ ਵੀ ਆਉਣ ਵਾਲੀਆਂ। KB ਜੀ ਦੇਖੋ, ਜਿਹੜਾ ਇਹ ਮਾਮਲਾ ਬੜਾ ਹੀ ਗੰਭੀਰ ਮਾਮਲਾ ਹੈ, ਚਾਹੇ ਉਹ ਅਕਾਲੀ ਸਰਕਾਰ ਦੇ ਟਾਈਮ ਜਦੋਂ ਹੋਇਆ ਅਤੇ ਉਹ ਅਕਾਲੀ ਸਰਕਾਰ ਟਾਈਮ ਜਿਹਦਾ 1920 ਦੇ ਵਿੱਚ ਗਠਨ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਆਪਣੀ ਹਜ਼ੂਰੀ ਦੇ ਵਿੱਚ ਹੋਇਆ, ਅਤੇ ਉਹ ਉਹਨਾਂ ਦੀ ਸਰਕਾਰ ਦੇ ਵਿੱਚ ਬੇਅਦਬੀ ਹੋਣੀ ਇੱਕ ਬਹੁਤ ਵੱਡੀ ਉਹ ਗੱਲ ਹੈ, ਕਿ ਉਹਨਾਂ ਦੀ ਜਿਹੜੀ ਸਰਕਾਰ ਗੁਰੂ ਨੂੰ ਨਹੀਂ ਬਚਾ ਸਕੀ ਉਹ ਆਮ ਲੋਕਾਂ ਦੀ ਰੱਖਿਆ ਕਰੇਗੀ। ਉਸ ਤੋਂ ਬਾਅਦ ਇਹ ਮੁੱਦਿਆਂ ਦੇ ਉੱਤੇ ਕਾਂਗਰਸ ਆਈ, ਕਾਂਗਰਸ ਨੇ ਆ ਕੇ ਜਦੋਂ ਕਿਹਾ ਕਿ ਅਸੀਂ ਬੇਅਦਬੀ ਦੇ ਮਾਮਲੇ 'ਤੇ ਕਮਿਸ਼ਨ ਬਿਠਾ ਦਿੱਤਾ, ਕਮਿਸ਼ਨ ਨੇ ਇੰਨੀ ਵੱਡੀ ਰਿਪੋਰਟ ਦੇ ਦਿੱਤੀ ਅਤੇ ਵਿਧਾਨ ਸਭਾ ਦੇ ਵਿੱਚ ਡਿਸਕਸ਼ਨ ਕਰਾਤੀ, ਚਿੱਠੀਆਂ ਲੈਦੇ ਪਏ ਜਸਟਿਸ ਰਣਜੀਤ ਸਿੰਘ, ਹਾਂਜੀ, ਅਤੇ ਉਸ ਤੋਂ ਬਾਅਦ ਹੋਇਆ ਕੁਛ ਨਹੀਂ। ਚਾਹੇ ਦੇਖੋ ਸਰਕਾਰ ਕਿਤਨਾ ਕਿਤੇ, ਦੇਖੋ ਅੱਜ ਇਹਨਾਂ ਦੇ ਆਪਣੇ ਚਾਹੇ ਪ੍ਰਗਟ ਸਿੰਘ ਜੀ ਨੇ, ਚਾਹੇ ਹੋਰ ਇਹਨਾਂ ਦੇ ਵਿਧਾਇਕ ਨੇ ਸਾਰੇ, ਰਾਣਾ ਚਾਹੇ ਰਾਜਾ ਬੜਿੰਗ ਜੀ ਨੇ, ਸਾਰੇ ਮਾਮਲੇ ਵਾਰ ਵਾਰ ਹੁਣ ਵਿਧਾਨ ਸਭਾ ਦੇ ਵਿੱਚ ਇਹਨਾਂ ਦੇ ਆਪਣੇ ਵਿਧਾਇਕ ਉਠਾ ਰਹੇ ਹਾਂ ਕਿ ਬੇਅਦਬੀ ਮਾਮਲੇ ਦੇ ਉੱਤੇ ਤੁਸੀਂ ਕਰੋ ਕੁਛ, ਕਿਉਂਕਿ ਬੇਅਦਬੀ ਮਾਮਲੇ ਉਹ ਕੱਲ੍ਹ ਤਾਂ ਰਾਜਾ ਬੜਿੰਗ ਜੀ ਨੇ ਇਹ ਗੱਲ ਵੀ ਕਹਿਤੀ ਹੈ ਕਿ ਬਜਟ ਤੁਸੀਂ ਜਿੰਨਾ ਮਰਜ਼ੀ ਵਧੀਆ ਦੇ ਲਓ, ਪਰ ਜੇ ਤੁਸੀਂ ਇਹ ਬੇਅਦਬੀ ਦੇ ਮੁੱਦੇ ਜਾਂ ਇਹਨਾਂ ਦੇ ਉੱਤੇ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਤਾਂ ਤੁਸੀਂ ਇਹਦਾ ਖਮਿਆਜ਼ਾ ਭੁਗਤੋਗੇ। ਅੱਜ ਸਾਨੂੰ ਸ਼ਰਮਿੰਦਗੀ ਸਹਿਣੀ ਪੈ ਰਹੀ ਆ, ਇਕੱਲਾ ਬੇਅਦਬੀ ਮੁੱਦਾ ਨਹੀਂ ਹੈ, ਚਾਹੇ ਉਹ ਟਰਾਂਸਪੋਰਟ ਦਾ ਮੁੱਦਾ, ਚਾਹੇ ਉਹ ਸ਼ਰਾਬ ਦਾ ਮੁੱਦਾ, ਜਿੰਨੇ ਜਿਹੜੇ ਮੁੱਦਿਆਂ 'ਤੇ ਇਲੈਕਸ਼ਨ ਲੜ ਕੇ ਆਏ ਕੈਪਟਨ ਸਰਕਾਰ ਬਿਲਕੁਲ ਅੱਖਾਂ ਮੀਚੀ ਬੈਠੀ ਆ, ਇਹ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਸਾਫ਼ ਲੱਗ ਰਿਹਾ ਕਿ ਕਿਤਨਾ ਕਿਤੇ ਜਿਹੜਾ ਫਰੈਂਡਲੀ ਮੈਚ ਚੱਲ ਰਿਹਾ। ਮਾਗਰ ਸਾਹਿਬ, ਹਾਂਜੀ, ਪਹਿਲਾਂ ਤਾਂ ਅਸੀਂ ਸੁਣਦੇ ਸੀਗੇ ਆਮ ਆਦਮੀ ਪਾਰਟੀ ਐਵੇਂ ਕਹਿ ਜਾਂਦੀ ਸਭ ਮਿਲੇ ਹੋਏ ਆ, ਜੀ ਇੱਥੋਂ ਤਾਂ ਲੱਗ ਰਿਹਾ ਕਿ ਤੁਸੀਂ ਮਿਲੇ ਹੋਏ ਹੋ। ਕਿਉਂ KP ਜੀ, ਕਿਉਂ ਪਤਾ ਨਹੀਂ ਮੇਰੇ ਵੀਰ ਸ਼ਰਮਾ ਜੀ ਨੂੰ ਕਿਉਂ ਲੱਗਿਆ, ਬਟ ਟਰਸਟ ਮੀ, ਸਾਡੀ ਗਵਰਨਮੈਂਟ ਦੀ ਇੰਟੈਂਸ਼ਨ ਲੋਕਾਂ ਨੂੰ ਲੱਗ ਰਿਹਾ ਹੈ। ਮਾਗੜ ਸਾਹਿਬ, ਕੱਲੇ ਸ਼ਰਮਾ ਜੀ ਦੀ ਗੱਲ ਨਹੀਂ, ਲੋਕਾਂ ਨੂੰ ਲੱਗ ਰਿਹਾ ਹੈ। ਮਾਗੜ ਸਾਹਿਬ, ਤੁਹਾਡੇ ਆਪਣੇ ਮੰਤਰੀ ਕੱਲ ਕਹਿ ਰਹੇ ਹੈ ਕਿ ਸਾਡੀ ਸਰਕਾਰ ਦੀ ਕਮਜ਼ੋਰੀ ਹੈ, ਕਿ ਜਿਹੜੇ ਬੰਦੇ ਸਾਡੇ ਤੇ ਸਵਾਲ ਉਠਾ ਰਹੇ ਆ ਅੱਜ ਉਹ ਨੂੰ ਅੰਦਰ ਹੋਣੇ ਚਾਹੀਦੇ। ਤੁਹਾਡੇ ਆਪਣੇ ਮਿਨਿਸਟਰ, ਤੁਹਾਡੇ ਆਪਣੇ MLA ਸਵਾਲ ਖੜੇ ਕਰ ਰਹੇ ਆ ਤੁਹਾਡੇ ਸੀਐਮ ਜੀ। ਬਿਲਕੁਲ, ਦੇਖੋ ਬਿਲਕੁਲ ਝੋਲੀਆਂ ਅੱਡੀਆਂ ਗਏ ਸੀ ਸਦਨ ਦੇ ਵਿੱਚ। ਬਿਲਕੁਲ ਬਿਲਕੁਲ ਜੀ, ਔਰ ਮੈਂ ਤੁਹਾਡੇ ਚੈਨਲ ਦੇ ਥਰੂ ਤੁਹਾਡੇ ਆਡੀਅੰਸ ਨੂੰ ਇਹ ਦੱਸਣਾ ਚਾਹੁੰਦਾ ਹਾਂ ਵੀ ਸਾਡੀ ਸਰਕਾਰ, ਮੈਂ ਇੱਕ ਦਿਨ ਪਹਿਲਾਂ ਵੀ ਇਹ ਚੀਜ਼ 'ਤੇ ਡਿਸਕਸ ਕੀਤਾ ਸੀਗਾ ਵੀ ਕੋਈ ਵੀ ਲੂਪ ਹੋਲ ਨਹੀਂ ਛੱਡਣਾ ਚਾਹੁੰਦੀ, ਵੀ ਕਿਸੇ ਵੀ ਕਾਰਨ ਸਾਡਾ ਜਿਹੜਾ ਕੇਸ ਹੈ ਕਿਸੇ ਵੀ ਕਾਰਨ ਉਹ ਵੀਕ ਪਵੇ। ਹੁਣ ਨਾਓ ਕਮਿੰਗ ਬੈਕ ਟੂ ਦੀ ਇਸ਼ੂ ਜਿਹੜਾ ਆਪਾਂ ਅੱਜ ਡਿਸਕਸ ਕਰ ਰਹੇ ਹਾਂ ਜੀ, ਮਾਂਗੜੀ ਸਾਰੇ ਬੰਦੇ ਤੁਹਾਡੇ ਜ਼ਮਾਨਤਾਂ ਕਰਾ ਗਏ ਹਾਈ ਕੋਰਟ 'ਚ, ਤੁਸੀਂ ਕਹਿ ਰਹੇ ਹੋ ਤੁਸੀਂ ਉਹ ਲੂਪ ਹੋਲ ਨਹੀਂ ਛੱਡਣਾ ਚਾਹੁੰਦੇ। ਪ੍ਰਗਟ ਸਿੰਘ ਅਰਾਣਾ ਨੇ, ਮਤਲਬ ਮੈਨੂੰ ਦੱਸ ਦਿਓ ਕਿਹੜਾ ਬੰਦਾ ਤੁਹਾਡੀ ਗੱਲ ਕਿਉਂ ਕਰ ਰਿਹਾ? ਪ੍ਰਗਟ ਸਿੰਘ ਅਰਾਣਾ ਨੇ ਕਿਹਾ ਕਿ ਚਾਰਜ ਫਰੇਮ ਨਹੀਂ ਕਰਾ ਸਕੇ ਹੁਣ ਤੱਕ ਤੁਸੀਂ 4 ਸਾਲਾਂ 'ਚ। ਹਾਂ, ਉਹਦੇ ਵਿੱਚ ਕੋਈ ਲੀਗਲ ਹੋਣੀ ਆ ਕੋਈ? ਹਾਂ, ਹੋਣੀ ਨਹੀਂ, ਉਹਦੇ ਵਿੱਚ ਕੋਈ ਲੀਗਲ ਨਹੀਂ। ਲੀਗਲ ਕਿਹੜੀ? AG ਦੀ ਟੀਮ ਹੈ, ਉਹਨਾਂ ਵੱਲੋਂ ਪਤਾ ਹੀ ਹੈ, ਕਹਿੰਦੇ ਵੱਲੋਂ ਪਤਾ ਹੀ ਹੈ? ਨਹੀਂ ਨਹੀਂ, ਦੇਖੋ ਇਦਾਂ ਹੈ KP ਜੀ, ਇਹ ਪਹਿਲਾਂ CBI ਇਹਨੂੰ ਓਵਰਲੁੱਕ ਕਰ ਰਹੀ ਸੀ, ਉਹਨਾਂ ਨੇ ਕਲੋਜ਼ਰ ਰਿਪੋਰਟ ਫਾਈਲ ਕਰਤੀ ਸੀਗੀ। ਬੈਬਲ ਕਲਾਂ CBI ਸਾਰੇ ਮਾਮਲੇ ਜੀ, CBI ਸਾਰੇ ਮਾਮਲੇ ਹੀ ਹੈ ਨਾ, ਅਸੀਂ ਮਿਕਸ ਕਰਕੇ ਚੱਲਦੇ ਹਾਂ ਵੀ ਕਿਸੇ ਨੂੰ ਸਮਝ ਹੀ ਨਾ ਆਵੇ। ਨਹੀਂ ਨਹੀਂ ਜੀ, ਅਸੀਂ ਕਿਉਂਕਿ ਅਸੀਂ ਇਹਨੂੰ ਕਲੈਕਟਿਵਲੀ ਉਹ ਦੇਖ ਰਹੇ ਹਾਂ ਬੇਅਦਬੀ ਮਾਮਲੇ ਨੂੰ ਲੈ ਕੇ ਜੀ। ਠੀਕ ਹੈ ਜੀ, ਹੁਣ ਅਸੀਂ ਬਹੁਤ ਮਤਲਬ ਰਿਜ਼ਲਟ ਦੇ ਕਲੋਜ਼ ਹੈ ਅਤੇ ਵੈਰੀ ਸੂਨ ਦੀ। ਕਿੰਨੀ ਵੇਟ ਕਰਦੇ ਪਏ, ਕੌਣ ਕਹੂਗਾ ਤੁਹਾਨੂੰ? ਸਾਨੂੰ ਕਿਸੇ ਨੇ ਕੀ ਕਹਿਣਾ ਹੈ ਜੀ, ਜਦੋਂ ਪੂਰੇ ਐਵੀਡੈਂਸ ਮਤਲਬ ਕਰੈਕਟ ਹੋ ਜਾਣਗੇ ਤੇ ਦੀ ਗਵਰਨਮੈਂਟ ਵਿਲ ਐਕਟ। ਚਲੋ ਕਲੀਅਰ ਸਰ, ਮੈਂ ਬ੍ਰੇਕ ਲੈਣੀ, ਬ੍ਰੇਕ 'ਚ ਜਾਂਦੇ ਪਹਿਲਾਂ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਤੁਹਾਨੂੰ ਕਾਂਗਰਸੀ ਚੰਗੇ ਲੱਗਦੇ ਜਾਂ ਆਮ ਆਦਮੀ ਪਾਰਟੀ ਵਾਲੇ? KP ਜੀ, ਸ਼੍ਰੋਮਣੀ ਅਕਾਲੀ ਦਲ ਲੋਕਾਂ ਦਾ ਭਲਾ ਕਰਨ ਵਾਲੀ ਜਮਾਤ ਆ, ਔਰ ਲੋਕਾਂ ਦਾ ਭਲਾ ਕਰਨਾ, ਸੋ ਇਹ ਰਾਜਨੀਤੀ ਦੇ ਰਾਜਨੀਤਿਕ ਪਾਰਟੀਆਂ ਨੇ, ਇਹਦੇ 'ਚ ਚੰਗੇ ਨਾ ਚੰਗੇ ਲੱਗਣ ਵਾਲੀ ਕੋਈ ਗੱਲ ਲੱਗਦੇ ਕਿ ਆਪ ਵਾਲੇ ਚੰਗੇ ਲੱਗਦੇ? ਮੈਂ ਫਿਰ ਦੁਬਾਰਾ ਕਹਿਣਾ ਕਿ ਇਹਦੇ 'ਚ ਚੰਗੇ ਨਾ ਚੰਗੇ ਵਾਲੀ ਕੋਈ ਗੱਲ ਹੀ ਨਹੀਂ ਹੈ, ਪੋਲੀਟੀਕਲ ਜਮਾਤਾਂ ਨੇ ਜਿਹੜੀ ਲੋਕਾਂ ਨੂੰ ਡਿਲੀਵਰ ਕਰੂਗੀ, ਲੋਕ ਉਹਨੂੰ ਫਤਵਾ ਦੇਣਗੇ, ਸਰਕਾਰ 'ਚ ਬਿਠਾ ਦੇਣਗੇ। ਤੁਸੀਂ ਕਾਂਗਰਸ ਦੇ ਖਿਲਾਫ ਮੋਰਚਾ ਖੋਲੋਗੇ ਬੇਅਦਬੀ ਦਾ ਇਨਸਾਫ ਨਹੀਂ ਦਿਵਾਉਣਾ? ਅਸੀਂ ਹਰ ਰੋਜ਼ ਕਾਂਗਰਸ ਦੇ ਖਿਲਾਫ ਮੋਰਚਾ ਖੋਲ ਰਹੇ ਹਾਂ, ਹਰ ਰੋਜ਼। ਔਰ ਜਿਹੜੀ ਮੁੱਖ ਵਿਰੋਧੀ ਤੇ ਆਮ ਆਦਮੀ ਪਾਰਟੀ ਹੈ, ਉਹ ਤਾਂ ਮੈਨੂੰ ਲੱਗਦਾ ਕੁਛ ਕਰ ਹੀ ਨਹੀਂ ਰਹੀ। ਅਗਰ ਪੰਜਾਬ ਦੇ ਕੋਈ ਮੁੱਦੇ ਚੱਕ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਹੈ, ਫਿਰ ਚਾਹੇ ਉਹ ਬਿਜਲੀ ਦਾ, ਚਾਹੇ ਉਹ ਬੇਅਦਬੀ ਦਾ, ਚਾਹੇ ਗੋਲੀ ਕਾਂਡ ਦਾ, ਉਹ ਤਾਂ ਤੁਹਾਨੂੰ ਕਟਹਿਰੇ 'ਚ ਖੜਾ ਕਰਦੇ, ਤੁਸੀਂ ਮੁੱਦੇ ਚੱਕਦੇ ਹੋ। ਕਟਹਿਰੇ 'ਚ ਕੌਣ ਖੜਾ ਕਰ ਰਿਹਾ? ਹਾਂ, ਤੁਹਾਡੀ ਸਰਕਾਰ ਜਿਹੜੀ, ਪੰਜਾਬ ਸਰਕਾਰ, ਪੰਜਾਬ ਸਰਕਾਰ ਖੁਦ ਕਟਹਿਰੇ ਦੇ ਵਿੱਚ ਹੈ। ਜਦੋਂ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਖ ਗਵਾਹ ਆ ਕੇ ਸਰਕਾਰ ਨੂੰ ਕਟਹਿਰੇ 'ਚ ਖੜਾ ਕਰ ਰਹੇ ਨੇ, ਉਹਨਾਂ ਦੀ ਜਾਂਚ ਕਮਿਸ਼ਨ ਬਣਾਇਆ ਗਿਆ, ਜਸਟਿਸ ਰਣਜੀਤ ਸਿੰਘ ਸਰਕਾਰ ਨੂੰ ਕਟਹਿਰੇ 'ਚ ਖੜਾ ਕਰ ਰਹੇ ਨੇ, ਰੋਜ਼ MLA ਸਰਕਾਰ ਨੂੰ ਕਟਹਿਰੇ 'ਚ ਖੜਾ ਕਰ ਰਹੇ ਨੇ, ਮੰਤਰੀ ਕਟਹਿਰੇ 'ਚ ਖੜਾ ਕਰ ਰਹੇ ਨੇ। ਸੋ ਸਰਕਾਰ ਨੂੰ ਮੈਨੂੰ ਲੱਗਦਾ ਆਪਣੀ ਪੀੜ੍ਹੀ 'ਚ ਸੋਟਾ ਫੇਰਨਾ ਚਾਹੀਦਾ ਹੈ। ਕਟਹਿਰੇ 'ਚ ਲੋਕਾਂ ਨੇ ਵੀ ਖੜਾ ਕਰਤਾ, ਆਪਣਿਆਂ ਨੇ ਵੀ ਖੜਾ ਕਰਤਾ ਤੇ ਜੁਡੀਸ਼ਰੀ ਨੇ ਵੀ ਖੜਾ ਕਰਤਾ। ਕਲੇਰ ਸਾਹਿਬ, ਕੁੱਲ ਮਿਲਾ ਕੇ ਆ ਕਿ ਅਣਪਛਾਤੀ ਪੁਲਿਸ ਤੁਸੀਂ ਦੱਸਦੀ ਸੀ ਇਹਨਾਂ ਵਾਸਤੇ ਵੀ ਅਣਪਛਾਤੀ ਪੁਲਿਸ? ਜੀ, ਇਹ ਤੁਹਾਡਾ ਗਲਤ ਪ੍ਰਚਾਰ ਹੈ ਚੈਨਲਾਂ ਤੇ, ਕੋਈ ਅਣਪਛਾਤੀ ਪੁਲਿਸ ਨਹੀਂ। ਚਰਨਜੀਤ ਸ਼ਰਮਾ ਭਾਈ ਨੇ ਮੈਂ ਉਸ FIR ਦੇ ਵਿੱਚ ਵਾਜਿਆ ਕਿ ਤੁਸੀਂ ਬਿਲਕੁਲ ਇਹ ਗਲਤ ਕਰ ਰਹੇ ਹੋ। ਚਰਨਜੀਤ
ਦੇਖ ਲੋ ਜੀ ਮੇਰੀ ਗੱਲ ਸੁਣੋ, ਇਨਵੈਸਟੀਗੇਸ਼ਨ ਚ ਜਿਹੜਾ ਜਿਹੜਾ ਜਿਹਦਾ ਜਿਹਦਾ ਰੋਲ ਪਾਇਆ ਗਿਆ ਦੇ ਹੀ ਇਸ ਬੀਨ ਕਾਲਡ ਬੈਕ ਐਨ ਇਨਵੈਸਟੀਗੇਟਰ। ਕਲੀਅਰ ਸਾਹਿਬ, ਤੁਸੀਂ ਗੱਲ ਕਰ ਰਹੇ ਹੋ, ਇਹ ਜਿਹੜੇ ਸਭ ਤੋਂ ਵੱਡੀ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੀ SIT ਤੁਸੀਂ ਬਣਾਈ ਤੁਹਾਡੀ ਸਰਕਾਰ ਦੇ ਟਾਈਮ, ਉਹੀ SIT ਨੇ ਕੋਈ ਇੱਕ ਵੀ ਬੰਦਾ ਨਹੀਂ ਪਕੜਿਆ। ਜਦੋਂ ਇਹ ਸਰਕਾਰ ਆਈ ਉਹਨਾਂ ਨੇ ਫੜ ਕੇ ਬੰਦੇ ਅੰਦਰ ਕਰਤੇ। ਕਿਉਂ, ਕੌਣ ਸੀ ਉਹ ਬੰਦੇ, ਉਹ ਮੇਨ ਆਰੋਪੀ ਕੌਣ ਸੀ, ਤੁਸੀਂ ਕਿਉਂ ਨਹੀਂ ਅਰੈਸਟ ਕੀਤੇ 2 ਸਾਲਾਂ ਦੇ ਵਿੱਚ, ਜਦੋਂ ਕਿ SIT ਕੋਲ ਪੂਰੀ ਇਨਫੋਰਮੇਸ਼ਨ ਸੀ? ਪਰ ਉੱਥੇ ਤੁਹਾਡੇ ਕੋਲ ਉਦੋਂ ਨਾਮ ਨਹੀਂ ਹੈਗਾ ਸੀ ਸਰ, ਉਦੋਂ ਨਾਮ ਤੋਂ ਇਲੈਕਸ਼ਨ ਆ ਗਈ, ਉਹ ਨਾਮ ਪਤਾ ਲੱਗ ਗਿਆ, ਉਦੋਂ ਇਲੈਕਸ਼ਨ ਆ ਗਈ ਸੀ। ਉਹ ਪੋਲੀਟੀਕਲ ਇੰਟਰਸਟ ਸੀ, ਤੁਸੀਂ ਉਹਨਾਂ ਨੂੰ ਕਾਬੂ ਨਹੀਂ ਕੀਤਾ, ਜਿਹਦਾ ਭੁਗਤਾਨ ਤੁਹਾਨੂੰ ਕਰਨਾ ਪੈ ਗਿਆ। ਤੁਹਾਨੂੰ ਲੋਕਾਂ ਨੇ 15 ਸੀਟਾਂ 'ਤੇ ਪਹੁੰਚਾ ਦਿੱਤਾ ਪੰਜਾਬ ਦੇ ਵਿੱਚ, ਇਹੀ ਹਾਲ ਮੈਨੂੰ ਲੱਗਦਾ ਹੁਣ ਕਾਂਗਰਸ ਦਾ ਹੋਣਾ। ਚਲੋ, ਇਹਨਾਂ ਨੇ ਕੁਛ ਬ੍ਰੇਕ ਕਲੀਅਰ ਸਾਹਿਬ, ਜੇ ਬ੍ਰੇਕ ਵਿੱਚ ਤੁਹਾਨੂੰ FIR ਦੀ ਕਾਪੀ ਮਿਲ ਗਈ, ਮੈਨੂੰ ਵੀ ਦਿਖਾ ਦਿਓ, ਮੈਂ ਦਰਸ਼ਕਾਂ ਨੂੰ ਦਿਖਾਉਂਦਾ ਜੇ ਮੈਂ ਗੁੰਮਰਾਹ ਕਰਨਾ ਪ੍ਰਚਾਰ ਕਰਦਾ ਪਿਆ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਸਵਾਲ ਬਹੁਤ ਸਾਰੇ ਹੈਗੇ ਆ, ਬੇਅਦਬੀ ਤੇ ਗੋਲੀ ਕਾਂਡ ਤੇ ਬਾਦਲ ਕੈਪਟਨ ਨੇ ਹੁਣ ਤੱਕ ਕੀਤਾ ਕੀ ਆ? ਸਵਾਲ ਇਹਨਾਂ ਤੇ ਉੱਠ ਰਿਹਾ ਕਿਉਂਕਿ ਇਹਨਾਂ ਦੋਨਾਂ ਦੀਆਂ ਸਰਕਾਰਾਂ, ਪਹਿਲਾਂ ਬਾਦਲ ਸਾਹਿਬ ਦੀ ਸਰਕਾਰ ਰਹੀ ਤੇ ਹੁਣ ਕੈਪਟਨ ਸਾਹਿਬ ਦੀ ਸਰਕਾਰ ਹੈ, ਇਹਨਾਂ ਦੇ ਆਪਦੇ ਬੰਦੇ ਇਹਨਾਂ ਦੇ ਸਵਾਲ ਚੁੱਕ ਰਹੇ, ਇਸ ਕਰਕੇ ਸਾਨੂੰ ਵੀ ਸਵਾਲ ਪੁੱਛਣਾ ਪੈ ਰਿਹਾ। ਬਾਦਲ ਕੈਪਟਨ ਨੇ ਕੀਤਾ ਕੀ ਆ? ਬ੍ਰੇਕ ਤੋਂ ਵਾਪਸ ਆ ਕੇ ਪੁੱਛੂਗਾ ਜ਼ਰੂਰ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਬੇਅਦਬੀ ਤੇ ਗੋਲੀ ਕਾਂਡ ਤੱਕ ਬਾਦਲ ਕੈਪਟਨ ਨੇ ਕੀਤਾ ਕੀ? ਸਵਾਲ ਕਿਉਂ ਪੁੱਛ ਰਿਹਾ? ਬੇਅਦਬੀ ਤੇ ਗੋਲੀ ਕਾਂਡ ਤੱਕ ਸਿਆਸਤ ਤੋਂ ਅੱਗੇ ਕਦੇ ਕੁਝ ਹੋਵੇਗਾ? ਇਸ ਸਵਾਲ ਤੇ ਵਾਪਸ ਆਏ ਸੰਗੜਾ ਸਾਹਿਬ, ਤੁਸੀਂ ਵੀ ਸਿਰਫ ਸਿਆਸਤ ਕੀਤੀ ਹੈ ਜਾਂ ਇਨਸਾਫ਼ ਦਿਵਾਉਣ ਦੇ ਲਈ ਤੁਸੀਂ ਵਿਰੋਧੀ ਧਿਰ ਵਜੋਂ ਕੁਛ ਇਹਨਾਂ 'ਤੇ ਪ੍ਰੈਸ਼ਰ ਬਿਲਟ ਅਪ ਕਰ ਸਕੇ? ਦੇਖੋ, ਅਸੀਂ ਵਿਰੋਧੀ ਧਿਰ ਦੇ ਹੋਣ ਦੇ ਨਾਤੇ ਜੋ ਕੁਛ ਵੀ ਕਰ ਸਕਦੇ ਸੀ ਕੀਤਾ ਹੈ ਅਤੇ ਕਰ ਰਹੇ ਹਾਂ। ਤੁਸੀਂ ਪਹਿਲਾਂ ਸਾਰੇ ਕੇਸ ਨੂੰ ਨਾ ਸਮਝਣ ਦੀ ਕੋਸ਼ਿਸ਼ ਕਰੋ, ਇਕੱਲੀ ਇਸ ਗੱਲ 'ਤੇ ਹੀ ਆਪਾਂ ਕਹਿ ਦਈਏ ਵੀ ਨਾ ਸੀਗਾ ਕਿਸੇ ਤੱਕ ਨਹੀਂ ਸੀਗਾ, ਅਣਪਛਾਤੀ ਪੁਲਿਸ ਦਾ ਤਾਂ ਸਿਗਰਾ ਨਾ ਤੁਸੀਂ ਸਿਆਸਤ ਕਰਦੇ ਨੇ, ਮੈਂ ਉਹੀ ਕਹਿੰਦਾ ਨਾ, ਤੁਸੀਂ ਉੱਥੇ ਜਾ ਕੇ ਬੈਠਦੇ ਹੋ ਕੋਟਪੁਰ ਚੌਂਕਾਂ ਦੇ ਵਿੱਚ ਸਰ, ਮੈਨੂੰ ਤੁਹਾਡੇ ਸਵਾਲ ਹੀ ਲੈ ਰਿਹਾ, ਬੋਲੋ ਸੰਗੜਾ ਸਾਹਿਬ, ਮੈਨੂੰ ਆਪਣੀ ਗੱਲ ਤਾਂ ਕਰ ਲਓ, ਬੋਲੋ 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 ਪਲੀਜ਼। ਦੇਖੋ, ਕੇਸ ਬੜਾ ਕਲੀਅਰ ਆ, ਦੋ ਮੁੱਖ ਇਹਦੇ ਵਿੱਚ ਸੈਗਮੈਂਟ ਹੈਗੇ ਆ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, ਅਤੇ ਉਸ ਤੋਂ ਬਾਅਦ ਗੋਲੀ ਕਾਂਡ ਵਿੱਚ ਦੋ ਨੌਜਵਾਨਾਂ ਨੂੰ ਮਾਰਨਾ, ਕਤਲ ਚਿੱਟੇ ਦਿਨ ਅਤੇ ਨਾਲ ਦਰਜਣਾ ਜ਼ਖਮੀ, ਇਹ ਮੁੱਖ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਹੈ। ਉਹਦੇ ਵਿੱਚ ਕਲੀਅਰ ਕੱਟ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਨੇ 3 ਸਾਲਾਂ ਵਿੱਚ ਇੱਕ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਸੀਗਾ, ਪਰ ਉਹਦੀ ਰਿਪੋਰਟ ਵੀ ਨਹੀਂ ਖੋਲ੍ਹੀ। ਮਤਲਬ ਜਾਣ ਬੁੱਝ ਕੇ ਜਸਟਿਸ, ਜਿੱਦਾਂ ਸ਼ਰਮਾ ਜੀ ਨੇ ਕਿਹਾ ਆ ਕਿ ਬਹੁਤ ਵੱਡੀ ਗੱਲ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਣੀਆਂ, ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ 'ਚ। ਮੈਂ ਕਹਿੰਦਾ ਇਸ ਤੋਂ ਵੀ ਵੱਡੀ ਗੱਲ ਇਹ ਸੀਗੀ ਕਿ ਇਹਨਾਂ ਨੇ ਜਾਣ ਬੁੱਝ ਕੇ ਕਿਸੇ ਕਨਕਲੂਸਿਵ ਗੱਲ 'ਤੇ ਨਹੀਂ ਪਹੁੰਚੇ, ਇਨਸਾਫ਼ ਦੇਣ 'ਚ ਅਸਫਲ ਰਹੇ ਆ, ਜਾਣ ਬੁੱਝ ਕੇ ਇਨਸਾਫ਼ ਨਹੀਂ ਦਿੱਤਾ। ਸੇਮ ਚੀਜ਼ ਨੂੰ ਅਸੀਂ ਵੀ ਆਪਣੇ ਮੈਨੀਫੈਸਟੋ 'ਚ ਲਿਖਿਆ ਸੀਗਾ ਵੀ ਅਸੀਂ ਇਹਨਾਂ ਚੀਜ਼ ਘਟਨਾਵਾਂ ਦੀ ਜਾਂਚ ਕਰਾਵਾਂਗੇ ਅਤੇ ਦੋਸ਼ੀਆਂ ਨੂੰ, ਬੱਚਿਆਂ ਦੇ ਕਤਲ ਦੇ ਦੋਸ਼ੀਆਂ ਨੂੰ ਵੀ ਅਤੇ ਬੇਅਦਬੀ ਦੀ ਘਟਨਾਵਾਂ ਦੇ ਦੋਸ਼ੀਆਂ ਨੂੰ ਵੀ ਸ਼ਨਾਖਤ ਕਰਾਂਗੇ ਅਤੇ ਉਹਨਾਂ ਨੂੰ ਸਜ਼ਾਵਾਂ ਦਵਾਵਾਂਗੇ। ਸ਼੍ਰੋਮਣੀ ਅਕਾਲੀ ਦਲ ਦੀ ਤਰਜ਼ 'ਤੇ ਹੀ ਇੱਕ ਵੱਖਰਾ ਕਮਿਸ਼ਨ, ਰਣਜੀਤ ਸਿੰਘ ਕਮਿਸ਼ਨ ਬਣਾ ਦਿੱਤਾ। ਦੋਵਾਂ ਕਮਿਸ਼ਨਾਂ ਦੀ ਰਿਪੋਰਟਸ ਆ ਗਈਆਂ, ਇਸ ਕਮਿਸ਼ਨ ਦੀ ਵੀ ਰਿਪੋਰਟ ਆ ਗਈ, ਥੋੜ੍ਹੀ ਬਹੁਤ ਕਾਰਵਾਈ ਅੱਧੇ ਮਨ ਨਾਲ ਇਹਨਾਂ ਨੇ ਸ਼ੁਰੂ ਕੀਤੀ, ਰਿਪੋਰਟ ਆਉਣ ਤੋਂ ਬਾਅਦ ਉਹਨੂੰ ਸਿਆਸੀ ਲਾਭਾਂ ਦੀ ਖਾਤਰ ਵਰਤਿਆ ਲੋਕ ਸਭਾ ਦੀਆਂ ਚੋਣਾਂ ਵੇਲੇ, ਉਸ ਤੋਂ ਬਾਅਦ ਕੰਮ ਠੰਡਾ ਹੋ ਗਿਆ। ਇਹ ਦੇਖੋ, ਇਹਨਾਂ ਦੋਨਾਂ ਹੀ ਪਾਰਟੀਆਂ ਨੇ ਇਨਸਾਫ਼ ਨਹੀਂ ਦੇਣਾ। ਪਹਿਲੀ ਗੱਲ ਤਾਂ ਇਹ ਰਲ ਕੇ ਚੋਣਾਂ ਲੜੇ ਆ। ਨੰਬਰ 2 'ਤੇ ਸਾਰੇ ਕੈਪਟਨ ਅਮਰਿੰਦਰ ਸਿੰਘ ਹੋਣਾਂ ਦੀ ਪਹਿਲੀ ਕਾਰਗੁਜ਼ਾਰੀ ਦੇਖ ਲਓ 2002 ਤੋਂ 2007 ਤੱਕ, ਪਰ ਜਦੋਂ ਇਲੈਕਸ਼ਨ ਇੱਦਾਂ ਲੜੀ ਜਾਵੇ ਨਾ ਵੀ ਆਮ ਆਦਮੀ ਪਾਰਟੀ ਨੂੰ ਪਾਸੇ ਰੱਖ ਕੇ ਫੈਕਟਰ ਵੀ ਹੈਗਾ ਆ, ਜੇ ਕਿਤੇ ਕੈਪਟਨ ਅਮਰਿੰਦਰ ਸਿੰਘ ਹੁਜਕਾ ਮਾਰਨ ਦੀ ਕੋਸ਼ਿਸ਼ ਕਰਦੇ ਵੀ ਹੈ ਤੇ ਦੇਖੋ ਉੱਪਰ ਵੀ ਵੱਡੀ ਸਰਕਾਰ ਹੈਗੀ ਆ, ED ਦੇ ਕੇਸ ਵੀ ਹੈਗੇ ਆ, ਇਨਕਮ ਟੈਕਸ ਦੀ ਵੀ FIR ਹੋਈ ਹੋਈ ਆ। ਦੇਖੋ ਇਹਨਾਂ ਚੀਜ਼ਾਂ 'ਚ ਕਈ ਵਾਰੀ ਕੁੱਲ ਮਿਲਾ ਕੇ ਸੰਗੜਾ ਸਾਹਿਬ ਆਪਾਂ ਥੋੜ੍ਹਾ ਕਲੀਅਰ ਕਰਕੇ ਚੱਲੀਏ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਕੇਂਦਰ ਦੀ ਥਾਪੀ ਹੈ ਜਿਹੜੀ ਉਹ ਇਸ ਮਾਮਲੇ 'ਤੇ ਪੈ ਰਹੀ ਹੈ, ਇਸ ਕਰਕੇ ਇਸ ਮਾਮਲੇ 'ਚ ਇਨਸਾਫ਼ ਨਹੀਂ ਮਿਲ ਪਾ ਰਿਹਾ? ਉਹ ਵੀ ਇੱਕ ਫੈਕਟਰ, ਹਾਂ ਉਹ ਹੀ ਨਹੀਂ, ਉਹ ਵੀ ਅੱਛਾ, ਇਹ ਸਾਰੇ ਰਲ ਮਿਲ ਕੇ ਸਾਰੀਆਂ ਸਿਆਸੀ ਪਾਰਟੀਆਂ ਇਹ ਮਤਲਬ ਇਹਦੇ 'ਤੇ ਸਿਆਸਤ ਕਰ। ਨਰੇਸ਼ ਸ਼ਰਮਾ, ਤੁਹਾਨੂੰ ਵੀ ਇੱਦਾਂ ਲੱਗਦਾ ਜੋ ਸੰਗੜਾ ਸਾਹਿਬ ਕਹਿ ਰਹੇ ਇਸ ਆਰਗੂਮੈਂਟ ਨਾਲ ਇਤਫਾਕ ਰੱਖਦੇ ਹੋ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਅਗਰ ਕੇਂਦਰ ਦਾ ਦਬਾਅ ਹੁੰਦਾ ਤਾਂ CBI ਇਨਕੁਆਇਰੀ ਸਰਕਾਰ ਵਾਪਸ ਨਾ ਲੈਂਦੀ, ਕਿਉਂਕਿ ਇਹਦੇ ਵਿੱਚ ਕਾਰਨ ਦੇਖੋ ਕੀ ਹੈ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਿਆ, ਉਹਦੇ ਨਾਲ ਅਕਾਲੀ ਦਲ ਨੇ ਕੀ ਕੀਤੀ? ਮੈਂ ਖੁਦ ਉਹ ਜਾ ਕੇ ਅਸੀਂ ਜਦੋਂ ਕਵਰ ਕਰਨ ਗਏ ਹਾਂ, ਰਾਤ ਨੂੰ 8 ਵਜੇ ਤੱਕ ਜੋਰਾ ਸਿੰਘ ਜੀ ਵਿਚਾਰੇ ਸੈਕਟਰੀ 'ਚ ਬੈਠੇ, ਚੀਫ ਸੈਕਟਰੀ ਰਿਪੋਰਟ ਲੈਣ ਨਹੀਂ ਆਇਆ ਅਤੇ ਕਲਰਕ ਉੱਥੇ ਭੇਜਤਾ,
ਉਹ ਅਕਾਲੀਆਂ ਟਾਈਮ ਵੀ ਜੋਰਾ ਸਿੰਘ ਕਮਿਸ਼ਨ ਨਾਲ ਕੀ ਹੋਈ, ਉਹੀ ਜਿਹੜਾ ਹੁਣੇ ਕਮਿਸ਼ਨ ਬਣਿਆ ਨੇ ਰਿਕਮੈਂਡੇਸ਼ਨ ਦਿੱਤੀਆਂ ਉਹਦੇ ਨਾਲ ਵੀ ਕੁਛ ਹੋਇਆ, ਇਹਦਾ ਮਤਲਬ ਕਿਤੇ ਨਾ ਕਿਤੇ ਇਹਦੇ ਵਿੱਚ ਕੋਈ ਵੱਡੀ ਦੇਖੋ ਇਕੱਲਾ ਅਸੀਂ ਬੇਅਦਬੀ ਦੀ ਗੱਲ ਨਹੀਂ ਕਰ ਸਕਦੇ, ਚਾਹੇ ਡਰੱਗ ਦਾ ਮੁੱਦਾ, ਡਰੱਗ ਦੇ ਮੁੱਦੇ ਉੱਤੇ ਸੀਲਬੰਦ ਰਿਪੋਰਟ ਅੱਜ ਤੱਕ ਹਾਈਕੋਰਟ 'ਚ ਪਈ ਹੈ, ਸਰਕਾਰ ਨੇ ਕੋਸ਼ਿਸ਼ ਹੀ ਨਹੀਂ ਕੀਤੀ ਉਹਨੂੰ ਓਪਨ ਕਰਾਉਣ ਦੀ ਕਿ ਕੌਣ ਉਹਦੇ ਲਈ ਜ਼ਿੰਮੇਵਾਰ ਆ, ਇਹਦਾ ਮਤਲਬ ਜਿੰਨੇ ਤੁਸੀਂ ਇਸ਼ੂਜ਼ ਨੇ ਚਾਹੇ ਟਰਾਂਸਪੋਰਟ ਦਾ ਮੁੱਦਾ, ਇਹਦਾ ਮਤਲਬ ਸਰਕਾਰ ਕਿਤੇ ਨਾ ਕਿਤੇ ਫਰੈਂਡਲੀ ਮੈਚ ਖੇਡ ਰਹੀ ਆ, ਕੋਈ ਨਾ ਕੋਈ ਜਦੋਂ ਤੁਸੀਂ ਆਪਣੀ ਤੁਹਾਡੀ ਪਾਰਟੀ ਦੇ ਜਿਹੜੇ ਦੋ MLAs ਨੇ ਤੁਹਾਡੇ ਸਵਾਲ ਖੜੇ ਕਰ ਰਹੇ, ਕਿਹਦੇ ਸਵਾਲ ਖੜੇ ਕਰ ਰਹੇ ਆ, ਉਹ ਮੁੱਖ ਮੰਤਰੀ ਤੋਂ ਸਵਾਲ ਖੜੇ ਕਰ ਰਹੇ ਆ ਕਿ ਵੀ ਇਹਦਾ ਕੁਝ ਕਰੋ, ਜੇ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਪਿੱਛੇ ਕੋਈ ਮੈਂ ਕਾਂਗਰਸ ਪਾਰਟੀ ਦੀ ਜਿਹੜੀ CBI ਆ ਉਹਦੇ ਬਾਰੇ ਵੀ ਇੱਕ ਲਾਈਨ ਕਹਿਣੀ ਚਾਹੂੰਗਾ ਕਿ ਜਿਹੜਾ ਕਹਿੰਦੇ ਕਿ CBI ਵੱਲੋਂ ਕਲੀਅਰ ਹੋ ਗਿਆ, ਹੁਣ CBI ਵਾਜ਼ ਨੈਵਰ ਅੜਚਣ, ਕੋਈ ਸਟੇ ਨਹੀਂ ਸੀ, ਕੋਈ ਕੁਛ ਨਹੀਂ ਸੀ ਇਦਾਂ ਦੀ ਗੱਲ, ਹੁਣ ਜੇ ਉਹਨਾਂ ਨੇ ਕਲੋਜ਼ਰ ਰਿਪੋਰਟ ਇਹ ਕਹਿੰਦੇ ਅਸੀਂ ਕਲੋਜ਼ਰ ਰਿਪੋਰਟ ਦਿੱਤੀ ਤੇ ਅਸੀਂ ਜੀ ਆਪਣਾ ਕੇਸ ਜਿੱਤ ਲਿਆ, ਕੋਈ ਇਦਾਂ ਦੀ ਗੱਲ ਨਹੀਂ ਹੈ, ਕੋਈ ਵੀ ਅਦਾਲਤ ਜਿਹੜੀ ਹੈਗੀ ਆ ਜੇ ਉੱਥੇ ਸਟੇਟ ਏਜੰਸੀ ਕੋਈ ਵੀ ਕਹਿੰਦੀ ਨਹੀਂ ਜੀ ਅਸੀਂ ਇਨਕੁਆਇਰੀ ਕਰਨਾ ਚਾਹੁੰਦੇ ਹਾਂ, ਉਹ ਕਦੀ ਨਹੀਂ ਕਹਿੰਦੇ ਇਨਕੁਆਇਰੀ ਨਾ ਕਰੋ, ਸੋ ਇਹ ਜਾਣ ਬੁੱਝ ਕੇ ਸਿਆਸੀ ਲਾਭਾਂ ਦੀ ਖਾਤਰ ਕਰ ਰਹੇ ਆ। ਗੁਰਮਿਤ ਮੰਗੜ, ਜੇ ਤੁਸੀਂ ਇਹਨਾਂ ਇਲਜ਼ਾਮਾਂ ਤੋਂ ਮੁਕਤ ਹੋਣਾ ਚਾਹੁੰਦੇ ਹੋ ਕਿ ਫਰੈਂਡਲੀ ਮੈਚ ਨਹੀਂ ਖੇਡਿਆ ਜਾ ਰਿਹਾ, ਸਵਾਲ ਇਹ ਹੈਗਾ ਕਿ ਗਵਾਹ ਜਿਹੜੇ ਸੁਰੱਖਿਆ ਦੇ ਮਾਮਲੇ 'ਚ ਕੋਰਟ ਤੱਕ ਜਾ ਰਹੇ ਆ, ਉਹਨਾਂ ਨੂੰ ਕਿਉਂ ਜਾਣਾ ਪੈ ਰਿਹਾ? ਇਹਦਾ ਮਤਲਬ ਤੁਸੀਂ ਫਰੈਂਡਲੀ ਮੈਚ ਖੇਡਦੇ ਪਿਓ ਨਾ, ਤਾਂ ਹੀ ਸੁਰੱਖਿਆ ਦਾ ਮੁੱਦਾ ਲੈ ਕੇ ਉਹਨਾਂ ਨੂੰ ਕੋਰਟ 'ਤੇ ਜਾਣਾ ਪੈ ਰਿਹਾ। KP ਜੀ, ਤੁਸੀਂ ਇੱਕ ਜਸਟਿਸ ਰਣਜੀਤ ਸਿੰਘ ਦੀ ਚਿੱਠੀ ਦੀ ਗੱਲ ਕੀਤੀ ਵੀ ਉਹਨਾਂ ਨੇ ਵੀ ਚਿੱਠੀ ਲਿਖੀ ਹੈ, ਉਹਦਾ ਪੇਜ ਨੰਬਰ 2 ਖੋਲ੍ਹ ਲਓ ਜੀ, ਤੁਹਾਡੇ ਕੋਲ ਚਿੱਠੀ ਪਈ ਹੈ, ਉਹਦੇ ਵਿੱਚ ਡਿਸੀਜ਼ ਸੁਰਜੀਤ ਸਿੰਘ ਨੇ ਦੋ ਬੰਦਿਆਂ ਦਾ ਨਾਂ ਇਨ ਨੇਮ ਕੰਪਲੇਂਟ ਕੀਤੀ ਹੈ। ਇੱਕ ਹੈਗਾ ਗੁਰਚੇਤ ਸਿੰਘ ਢਿੱਲੋਂ, ਹੂ ਇਜ਼ ਗੁਰਚੇਤ ਸਿੰਘ ਢਿੱਲੋਂ, ਹੀ ਇਜ਼ ਪ੍ਰੈਜੀਡੈਂਟ ਯੂਥ ਅਕਾਲੀ ਦਲ ਫਰੀਦਕੋਟ, ਦੂਜਾ ਦੀ ਅਕਿਊਜ਼ਡ ਕੋਪ ਕੋਈ ਮਿਸਟਰ ਸ਼ਰਮਾ ਹੈ। ਸੋ ਬੇਸਿਕਲੀ ਵਾਈਲ ਸੁਰਜੀਤ ਸਿੰਘ ਜੀ ਵਾਜ਼ ਅਲਾਈਵ, ਠੀਕ ਹੈ, ਉਹਨਾਂ ਨੇ ਜਿਹੜੀ ਕੰਪਲੇਂਟ ਕੀਤੀ ਸੀਗੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਲੀਡਰ ਦੇ ਖਿਲਾਫ਼ ਅਤੇ ਇਹ ਉਹ ਪੁਲਿਸ ਵਾਲੇ ਦੇ ਖਿਲਾਫ਼ ਕੀਤੀ ਸੀ ਵੀ ਇਹ ਪ੍ਰੈਸ਼ਰ ਪਾ ਰਿਹਾ, ਅਤੇ ਜਿਹਦੇ 'ਤੇ ਸਾਡੀ ਸਰਕਾਰ ਨੂੰ ਉਹਨਾਂ ਨੇ ਚਿੱਠੀ ਲਿਖੀ ਜਸਟਿਸ ਸਾਹਿਬ ਨੇ ਕਿ ਦੀ ਡਿਊਟੀ ਆਫ ਦੀ ਸਟੇਟ ਗਵਰਨਮੈਂਟ ਇਜ਼ ਟੂ ਪ੍ਰੋਟੈਕਟ ਦੀ ਵਿਟਨੈਸ। ਠੀਕ ਹੈ, ਹੁਣ ਦੂਜੀ ਰਹੀ ਗੱਲ ਵੀ ਲੇਟ ਸੁਰਜੀਤ ਸਿੰਘ ਹੈਡ ਆ ਹਾਰਟ ਅਟੈਕ, ਅਤੇ ਜੇ ਤੁਸੀਂ ਜਿਹੜੀ ਅੱਜ ਆਪਾਂ ਇਸ਼ੂ ਡਿਸਕਸ ਕਰਨ ਲਈ ਬੈਠੇ ਹੈ ਉਹ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ, ਜੇ ਤੁਸੀਂ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੁਸੀਂ ਦੇਖੋਗੇ, ਉਹ ਅਖੀਰਲੇ ਕੁਛ ਫਰੇਜ਼ ਦੇ ਵਿੱਚ ਉਹਨਾਂ ਦੀ ਵਾਈਫ ਨੇ ਇੱਕ ਪੁਆਇੰਟ ਕਹਿਤਾ ਜਿਹਨੂੰ ਮਤਲਬ ਮੈਂ ਸੋਚਦਾ ਵੀ ਆਪਾਂ ਪੋਲੀਟੀਕਲ ਉੱਤੋਂ ਉੱਠ ਕੇ ਦੇਖਣਾ ਚਾਹੀਦਾ ਹੈ ਵੀ ਰੌਲਾ ਸੀ। ਮੈਂ ਸੁਣਾ ਦਵਾਂ ਹਾਂਜੀ, ਅਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਨੇ ਜੋ ਕਿਹਾ ਸੀ, ਪਹਿਲਾਂ ਉਹ ਬਾਈਟ ਜ਼ਰੂਰ ਸੁਣਾ ਦਿਓ। ਅੱਛਾ, ਫਿਰ ਸਰਾਵਾਂ ਵਾਲਿਆਂ ਨੇ ਆਖਿਆ ਵੀ ਮੁੰਡਾ ਮਰ ਗਿਆ, ਉਹਨਾਂ ਦਾ ਗਵਾਹ ਬਣ ਗਿਆ, ਅੱਜ ਉਹ ਗਵਾਹ ਬਣ ਗਿਆ। ਪਹਿਲੀ ਗੱਲ ਤਾਂ ਉਹ ਬਾਹਰ ਬੈਠਾ ਸੀ, ਉਹਨੇ ਬਿਆਨ ਦਿੱਤਾ ਬੀਬੀ ਪੈਸਿਆਂ ਮਾਰੀ ਬੋਲਦੀ ਆ। ਬੀਬੀ ਪੈਸਿਆਂ ਮਾਰੀ ਨਹੀਂ ਬੋਲਦੀ, ਪੈਸਿਆਂ ਮਾਰੇ ਬੋਲਦੇ ਤੁਸੀਂ, ਜਿੱਦਣ 10-10 ਕਰੋੜ ਰੁਪਈਆ ਲੈ ਕੇ ਸੁਖਵੀਰ ਬਾਦਲ ਤੋਂ ਲਾਛਾਂ ਛੜਕ ਜੋ ਫੇਰ ਚੱਕੀਆਂ ਸੀ ਉਹਨਾਂ ਨੇ, ਅਸੀਂ ਤਾਂ ਥਾਣਿਆਂ 'ਚ ਧੱਕੇ ਖਾ ਕੇ ਊਂ ਹੀ ਆ ਗਏ, ਛਿੱਤਰ ਖਾ ਕੇ ਪੁਲਿਸ ਦੇ, ਉਹਨਾਂ ਨੂੰ ਪੁੱਛੋ। ਕਲੀਅਰ ਸਾਹਿਬ, ਇਸ ਸਵਾਲ ਦਾ ਜਵਾਬ ਤੁਹਾਡੇ ਤੋਂ ਬਣਦਾ, ਤੁਹਾਡੀ ਹਾਇਰੀ ਦੇ ਵਿੱਚ, ਤੁਹਾਡੇ ਵਿਧਾਇਕਾਂ ਦੀ ਹਾਇਰੀ ਦੇ ਵਿੱਚ ਇਹ ਮਾਤਾ ਨੇ ਆਪਕੋ ਸਭ ਕੁਛ ਕਿਹਾ? KP ਜੀ, ਦੇਖੋ ਮਾਤਾ ਜੀ ਨੇ ਕਿਹਾ, ਉਹਨਾਂ ਨੇ ਕਿਸ ਲਹਿਜੇ ਦੇ ਵਿੱਚ ਇਹ ਗੱਲ ਕਹੀ ਹੈ, ਔਰ ਉੱਥੇ ਜੋ ਪਰਿਵਾਰ ਆ, ਜੋ ਹੁਣ ਮੈਨੂੰ ਇਹ ਨਹੀਂ ਪਤਾ ਕਿ ਕਿਹਨੂੰ ਮੁਖਾਤਬ ਹੋ ਰਹੇ ਨੇ, ਜਿਹੜੇ ਉੱਥੇ ਦੋ ਲੜਕੇ ਬਹਿਬਲ ਕਲਾ ਗੋਲੀ ਕਾਂਡ ਦੇ ਵਿੱਚ ਮਰੇ ਉਹਨਾਂ ਦੀ ਗੱਲ ਕਰ ਰਹੇ ਨੇ ਜਾਂ ਮਾਤਾ ਜੀ ਦੀ ਕੀ ਗੱਲ ਕਰੇ, ਮਾਤਾ ਜੀ ਬੈਟਰ ਸਪਸ਼ਟੀਕਰਨ ਦੇ ਸਕਦੇ ਨੇ। ਤੁਸੀਂ ਇਹ ਦੱਸ ਸਕਦੇ ਹੋ 10-10 ਕਰੋੜ ਰੁਪਏ ਲੈ ਕੇ ਸੁਖਵੀਰ ਬਾਦਲ ਤੋਂ ਲਾਸ਼ਾਂ ਸੜਕ 'ਚੋਂ ਫਿਰ ਚੁੱਕੀਆਂ ਸਨ ਉਹਨਾਂ ਨੇ, ਇਹ ਕਿਹਨਾਂ ਦਾ ਜ਼ਿਕਰ ਕਰ ਰਹੇ? ਨਹੀਂ, ਮੈਨੂੰ ਇਹ ਖੁਦ ਨਹੀਂ ਪਤਾ ਕਿ ਮਾਤਾ ਜੀ ਕਿਸ ਗੱਲ ਦਾ ਜ਼ਿਕਰ, ਨਹੀਂ ਨਾਲ ਮਾਤਾ ਜੀ ਨਾਲ ਨਹੀਂ, ਮਾਤਾ ਜੀ ਵਿਧਾਨ ਸਭਾ ਦੇ ਵਿੱਚ ਆਪਣੀ ਗੱਲ ਕਹਿਣ ਆਏ ਸੀ, ਉਹਨਾਂ ਨੂੰ ਗੱਲ ਨਹੀਂ ਕਰਨ ਦਿੱਤੀ ਜਾ ਰਹੀ ਸੀ, ਸ਼੍ਰੋਮਣੀ ਅਕਾਲੀ ਦਲ ਨੇ ਮਾਤਾ ਜੀ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ, ਔਰ ਜਿਹੜੀ ਇਹ ਗੱਲ ਕਰ ਰਹੇ ਨੇ, ਮੈਂ ਫਿਰ ਦੁਬਾਰਾ ਕਹਿ ਰਿਹਾ ਕਿ ਮਾਤਾ ਜੀ ਐਗਜੈਕਟਲੀ ਕਹਿ ਸਕਦੇ ਕਿ ਦੋ ਮੁੰਡੇ ਉਹਨਾਂ ਦੀ ਗੱਲ ਕਰ ਰਹੇ ਜਿਹੜੇ ਬਹਿਬਲ ਕਲਾ ਗੋਲੀ ਕਾਂਡ 'ਚ ਮਾਰੇ ਗਏ ਨੇ, ਕਿਉਂਕਿ ਉੱਥੇ ਦੋ ਮੌਤਾਂ ਤੋਂ ਬਿਨਾਂ ਹੋਰ ਉੱਥੇ ਕੋਈ ਮੌਤ ਨਹੀਂ ਹੋਈ, ਮਾਤਾ ਜੀ ਬੈਟਰ ਸਪਸ਼ਟੀਕਰਨ ਦੇ ਸਕਦੇ ਕਿ ਕਿਹਦੀ ਗੱਲ ਕਰ ਰਹੇ। ਮੰਗੜ ਸਾਹਿਬ, ਹਾਂਜੀ, ਕਿਉਂ ਤੁਸੀਂ ਉਹਨਾਂ ਨੂੰ ਘੇਰੀ, ਉਹਨਾਂ ਦਾ ਵਿਚਾਰਾਂ ਨੂੰ ਪਤਾ ਹੀ ਕੁਛ ਨਹੀਂ? ਐਂ ਆ KP ਜੀ, ਪਹਿਲੀ ਗੱਲ ਤਾਂ ਮਾਤਾ ਜੀ ਨੂੰ ਵਿਧਾਨ ਸਭਾ ਦਾ ਪਾਸ ਕਿਹਨੇ ਲੈ ਕੇ ਦਿੱਤਾ? ਠੀਕ ਹੈ, ਉਹ ਯੂ ਹੈਵ ਸੰਬੜੀ ਹੈਜ਼ ਟੂ ਅਰੇਂਜ ਯੂਅਰ ਪਾਸ ਅਨਲੈਸ ਯੂ ਹੈਵ ਅ ਪਾਸ ਅਦਰਵਾਈਜ਼। ਠੀਕ ਹੈ, ਇਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਦਾ, ਪਾਸਾਂ ਨੂੰ ਛੱਡੋ, ਤੁਸੀਂ ਤਾਂ ਆਪਸ ਵਿੱਚ ਪਾਸ ਕਰੀ ਜਾਂਦੇ ਹੋ। ਨਹੀਂ KP ਜੀ, ਆਪਸ ਵਿੱਚ ਪਾਸ ਕਰੀ ਜਾਂਦੇ ਹੋ। ਪਲੀਜ਼ ਯਾਰ, ਸ਼੍ਰੋਮਣੀ ਅਕਾਲੀ ਦਲ ਨੇ ਵੀ ਲੈਤਾ, ਤੁਸੀਂ ਮੈਰਿਟ ਤੇ ਗੱਲ ਕਰੋ ਨਾ। ਤਾਂ ਮੈਰਿਟ ਤੇ ਗੱਲ ਨਾ, ਮੈਂ ਮੈਰਿਟ ਤੇ ਤਾਂ ਗੱਲ, ਛੋਟੀਆਂ ਗੱਲਾਂ, ਸਦਨ ਦਾ ਪਾਸ ਕਰੀ ਲੈ ਕੇ ਦਿੱਤਾ। ਪਾਸ ਲੈਤਾ ਫਿਰ ਕੀ ਹੋ ਗਿਆ? ਹਾਂ ਸੰਗੇੜਾ ਸਾਹਿਬ, ਮੈਂ ਕਹਿੰਦਾ ਗਲਤ ਹੀ ਗੱਲ ਕਰ ਰਿਹਾ ਸਰ, ਮੈਂ ਦੱਸ ਰਿਹਾ ਅਕਾਲੀ ਦਲ ਲੈ ਕੇ ਆਇਆ ਉਹਨਾਂ ਨੂੰ ਉੱਥੇ, ਹੋਰ ਦੱਸੋ। ਹੁਣ ਮੈਂ ਸਿਰਫ ਇਹ ਕਹਿਣਾ, ਤੁਸੀਂ ਕੁਝ ਨਹੀਂ ਕਰ ਪਾ ਰਹੇ ਉਹਨਾਂ ਦਾ, ਹੋਰ ਦੱਸੋ। ਨਹੀਂ, ਕਿਹਦਾ ਦਾ ਕੁਝ ਨਹੀਂ ਕਰ ਪਾ ਰਹੇ, ਅਕਾਲੀ ਦਲ ਦਾ ਨਹੀਂ ਕੁਝ ਕਰ ਪਾ ਰਹੇ, ਉਸ ਦੀ ਉਹਨਾਂ
ਤੁਹਾਡੀ ਸਰਕਾਰ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਮਾਰਿਆ ਜਾਂਦਾ ਜਿਸ ਉੱਤੇ ਸਾਰੀ ਥਿਊਰੀ ਖੜੀ ਹੈ ਖੜੀ ਸੀ ਅਤੇ ਤੁਹਾਡੀ ਕੀ ਸਰਕਾਰ ਦੀ ਹੋਏਗੀ ਸਰ ਮੇਨ ਕਿਉਂ ਨੂੰ ਤੁਸੀਂ ਬਚਾ ਨਹੀਂ ਸਕੇ ਅਤੇ ਉਹਦਾ ਮਰਡਰ ਹੋ ਜਾਂਦਾ ਤੁਹਾਡੀ ਆਪਣੀ ਐਸ ਆਈ ਟੀ ਦੇ ਅਫੀਸਰ ਕਹਿੰਦੇ ਆ ਕਿ ਸਾਨੂੰ ਬਹੁਤ ਵੱਡੀ ਸੈਟਬੈਕ ਲੱਗੀ ਹੈ ਕਿਉਂਕਿ ਉਸ ਤੋਂ ਸਾਰੇ ਜਵਾਬ ਦੇਣਾ ਕੇ ਪੀ ਜੀ ਮੈਂ ਦੇਖੋ ਜਿਹੜਾ ਉਹ ਵਿਟਨੈਸ ਜਿਹੜਾ ਅਕਿਊਜ਼ ਦਾ ਮਰਡਰ ਹੋ ਗਿਆ ਇਹ ਬਹੁਤ ਅਨਫੋਰਚੁਨੇਟ ਹੈ ਪਰ ਮੇਰਾ ਜਿਹੜਾ ਤਰਕ ਹੈ ਉਹਨੂੰ ਤੁਸੀਂ ਜ਼ਰੂਰ ਸੁਣਨਾ ਕਿ ਜਿਹੜਾ ਨਿਰਭਿਆ ਕੇਸ ਦੇ ਵਿੱਚ ਵਨ ਆਫ ਦੀ ਅਕਿਊਜ਼ਡ ਵਾਸ ਮਰਡਰਡ ਕਿਉਂਕਿ ਉਹ ਬਹੁਤ ਹੀਨੀਅਸ ਕ੍ਰਾਈਮ ਸੀ ਲਾਈਕਵਾਈਜ਼ਲੀ ਜਿਹੜਾ ਇਹ ਉਹ ਬੰਦਾ ਮੇਨ ਅਕਿਊਜ਼ ਸੀਗਾ ਗੁਰੂ ਗ੍ਰੰਥ ਸਾਹਿਬ ਨੂੰ ਜਲਾਉਣਾ ਠੀਕ ਹੈ ਉਹ ਬਹੁਤ ਵੱਡਾ ਹੀਨੀਅਸ ਕ੍ਰਾਈਮ ਹੈ ਠੀਕ ਹੈ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਔਰ ਟਰਸਟ ਮੀ ਉਹ ਬੰਦਾ ਤੁਸੀਂ ਮਰਨ ਦਿੱਤਾ ਫਿਰ ਨਹੀਂ ਅਸੀਂ ਨਹੀਂ ਮਰਨ ਦਿੱਤਾ ਉੱਥੇ ਮੈਂ ਮੰਨਦਾ ਸਾਡੀ ਸਰਕਾਰ ਦੀ ਉੱਥੇ ਕਿਤਨਾ ਕਿਵੇਂ ਸਾਡੀ ਜੇਲ੍ਹ ਪ੍ਰਸ਼ਾਸਨ ਦੀ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਮੈਂ ਕਹਿੰਦਾ ਸਾਡੀ ਸਰਕਾਰ ਦੀ ਸਾਡੇ ਜੇਲ੍ਹ ਪ੍ਰਸ਼ਾਸਨ ਦੀ ਕਿਤਨਾ ਕਿਤੇ ਉਹਦੇ ਵਿੱਚ ਨਾਕਾਮੀ ਰਹੀ ਹੈ ਇੱਕ ਛੋਟਾ ਬ੍ਰੇਕ ਲਊਂਗਾ ਬ੍ਰੇਕ ਤੋਂ ਵਾਪਸ ਆਊਂਗਾ ਬਹੁਤ ਸਾਰੇ ਸਵਾਲ ਹੈ ਕੀ ਹੈ ਕਿ ਸਰਕਾਰਾਂ ਚਾਹੁੰਦੀਆਂ ਕੀ ਹੈਗੀਆਂ ਪਰ ਸਵਾਲ ਇਹ ਵੀ ਹੈਗਾ ਕਿ ਹੋ ਸਕਦਾ ਕਿ ਜਦੋਂ 2022 ਦੇ ਇਲੈਕਸ਼ਨ ਹੋਣ ਉਸ ਤੋਂ ਪਹਿਲਾਂ ਕੋਈ ਇਹੋ ਜਿਹੀ ਕਾਰਵਾਈ ਕਰ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਦੱਸਿਆ ਜਾਵੇ ਅਸੀਂ ਮੈਨੀਫੈਸਟੋ ਵਾਲਾ ਵਾਅਦਾ ਵੀ ਪੂਰਾ ਕਰਤਾ ਅਤੇ ਜਿਸ ਦਾਅਵੇ 'ਤੇ ਅਸੀਂ ਆਏ ਸੀਗੇ ਉਸ ਦਾਅਵੇ ਨੂੰ ਅਸੀਂ ਜ਼ਮੀਨ 'ਤੇ ਵੀ ਉਤਾਰਤਾ ਪਰ ਇਹੋ ਜਿਹਾ ਕੁਛ ਹੋਵੇਗਾ ਨਹੀਂ ਹੋਵੇਗਾ ਬਹੁਤ ਸਾਰੇ ਸਵਾਲ ਹੈ ਕਿ ਹੈ ਕਿ ਪੁਲਿਸ ਅਫਸਰਾਂ ਤੱਕ ਇਹ ਸਾਰੀ ਕਾਰਵਾਈ ਰੁਕੀ ਹੋਈ ਹੈ ਜਾਂ ਪੁਲਿਸ ਅਫਸਰਾਂ ਨੂੰ ਹੁਕਮ ਦੇਣ ਵਾਲੇ ਕੌਣ ਸਨ ਉਸ ਤੋਂ ਪਿਛਲਾ ਜਿਹੜਾ ਕਨੈਕਸ਼ਨ ਹੈਗਾ ਉਸ ਨੂੰ ਕੌਣ ਉਜਾਗਰ ਕਰੇਗਾ ਬ੍ਰੇਕ ਤੋਂ ਵਾਪਸ ਆ ਕੇ ਸਾਰੇ ਸਵਾਲ ਹੋਣਗੇ ਜ਼ਰੂਰ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਬੇਅਦਬੀ ਅਤੇ ਗੋਲੀਕਾਂਡ ਤੱਕ ਬਾਦਲ ਕੈਪਟਨ ਨੇ ਕੀ ਕੀਤਾ ਅਸੀਂ ਸਵਾਲ ਇੱਕੋ ਪੁੱਛਦੇ ਹਾਂ ਬੇਅਦਬੀ ਅਤੇ ਗੋਲੀਕਾਂਡ ਤੱਕ ਸਿਆਸਤ ਤੋਂ ਅੱਗੇ ਕਦੇ ਕੁਛ ਹੋਵੇਗਾ ਪ੍ਰਸਮਜੀਤ ਸਿੰਘ ਕੀ ਕਹਿਣਾ ਚਾਹ ਰਹੇ ਹੋ ਤੁਸੀਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਜਿਹੜੀ ਤੁਸੀਂ ਕਹਿੰਦੇ ਕਿ ਬ੍ਰੇਕ ਤੋਂ ਬਾਅਦ ਅਸੀਂ ਪੁੱਛਾਂਗੇ ਕੀ ਕੁਛ ਹੋਊਗਾ ਮੈਂ ਕਹੂੰਗਾ ਕਿ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਕੁਛ ਹੋਣਾ ਚੋਣਾਂ ਵੇਲੇ ਵੀ ਕੁਛ ਨਹੀਂ ਹੋਊਗਾ ਕੋਸ਼ਿਸ਼ ਕੀਤੀ ਹੋਊਗੀ ਉਹ ਵੀ ਮਿਲ ਜੁਲ ਕੇ ਹੀ ਹੋਊਗਾ ਓਨੇ ਕੁ ਟਾਈਮ ਲਈ ਕਿ ਤਾਂ ਕਿ ਇੱਕ ਵਾਰੀ ਜਿਸ ਤਰ੍ਹਾਂ 6 ਮਹੀਨੇ ਪਹਿਲਾਂ ਲੋਕ ਸਾਰਾ ਹੀ ਕੰਮ ਕਰਦੇ ਉਸ ਤਰ੍ਹਾਂ 6 ਮਹੀਨੇ ਪਹਿਲਾਂ ਕੁਛ ਨਾ ਕੁਛ ਛਣਛਣਾ ਵਜਾਤਾ ਜਾਊਗਾ ਛਣਛਣਾ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਇਨਸਾਫ਼ ਮਿਲੂਗਾ ਉਹਦਾ ਕਾਰਨ ਆ ਤੁਸੀਂ ਕਹਿੰਦੇ ਸਰਕਾਰਾਂ ਕੀ ਕਰਨੀਆਂ ਚਾਹੁੰਦੀਆਂ ਸਰਕਾਰਾਂ ਜਿਹੜੀਆਂ ਉਹ ਪਾਰਟੀਆਂ ਚਲਾ ਰਹੀਆਂ ਔਰ ਪਾਰਟੀਆਂ ਸਵਾਏ ਆਪਣੇ ਆਪ ਨੂੰ ਉਹਨਾਂ 'ਚੋਂ ਵੀ ਕੁਛ ਕੁ ਮੁੱਖ ਲੀਡਰ ਸੱਤਾ 'ਚ ਰੱਖਣ ਤੋਂ ਇਲਾਵਾ ਉਹਨਾਂ ਦਾ ਹੋਰ ਕੋਈ ਪ੍ਰਾਇਓਰਿਟੀ ਹੈ ਨਹੀਂ ਇਹੀ ਕਾਰਨ ਆ ਕਿ ਇਹ ਸੱਤਾ ਦਾ ਬੈਲੈਂਸ ਇੰਝ ਬਣ ਗਿਆ ਹੋਇਆ ਮਜੀਠੀਆ ਸਾਹਿਬ 'ਤੇ ਕੇਸ STF ਦੀ ਜਿਹੜੀ ਰਿਪੋਰਟ ਉੱਥੇ ਬੰਦ ਪਈ ਹੋਈ ਆ ਉਹਨੂੰ ਕੋਈ ਖੋਲ੍ਹਣਾ ਨਹੀਂ ਚਾਹੁੰਦਾ ਜੋ ਵੀ ਇਨਕੁਆਇਰੀ ਜਿਸ ਤਰ੍ਹਾਂ ਵੀ ਆ ਲੋਕਾਂ ਦਾ ਹੱਕ ਤਾਂ ਬਣਦਾ ਹੈ ਨਾ ਐਡੇ ਵੱਡੇ ਐਲੀਗੇਸ਼ਨ ਲੱਗੇ ਆ ਕਿ ਮਜੀਠੀਆ ਸਾਹਿਬ ਕਿੰਨੀ ਵਾਰੀ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਗੱਲ ਹੈ ਤਾਂ ਸਾਨੂੰ ਦੱਸੋ ਸਾਨੂੰ ਸਜ਼ਾ ਦਿਓ ਸਾਨੂੰ ਜੇਲ੍ਹ ਪਿੱਛੇ ਚੁੱਟੋ ਕੋਈ ਗੱਲ ਨਹੀਂ ਚੱਲਦੀ ਕਿਉਂ ਨਹੀਂ ਚੱਲਦੀ ਉਹ ਸਰਕਾਰ ਨੂੰ ਚੈਲੰਜ ਕਰ ਰਹੇ ਆ ਨਹੀਂ ਬਿਲਕੁਲ ਮੈਂ ਕਹਿੰਦਾ ਕਿਉਂ ਨਹੀਂ ਚੱਲਦੀ ਇਹਦਾ ਮਤਲਬ ਹੈ ਜਿਹੜੇ ਰੂਲ ਕਰ ਰਿਹਾ ਉਹ ਕਿਤੇ ਘੱਟ ਕਾਣੇ ਨਹੀਂ ਹੈ ਉਹ ਕਿਤੇ ਘੱਟ ਬੇਈਮਾਨ ਨਹੀਂ ਹੈਗੇ ਉਹਨਾਂ ਦੇ ਉੱਤੇ ਦਿੱਲੀ ਤੋਂ ਦਬਾਅ ਪੈ ਜਾਂਦਾ ਬਸ ਉਹ ਵਿੱਚੇ BJP ਅਕਾਲੀ ਦਲ ਅਤੇ ਕਾਂਗਰਸ ਉੱਪਰ ਦੇ ਲੈਵਲ ਦੇ ਉੱਤੇ ਗੱਲ ਘੁੰਮੀ ਜਾ ਰਹੀ ਹੈ ਜਿਹਦੇ ਕੋਲ ਜਿੰਨੀ ਸੱਤਾ ਉਹ ਵਰਤ ਕੇ ਇੱਕ ਦੂਜੇ ਨੂੰ ਬਚਾ ਕੇ ਆਪਣਾ ਵਕਤ ਕੱਢਣਗੇ ਜੇ ਤੁਸੀਂ ਕਹੋ ਕਿ ਕੁਝ ਨਿਆਂ ਮਿਲੂਗਾ ਮੈਨੂੰ ਨਹੀਂ ਲੱਗਦਾ ਕਿਉਂਕਿ ਹਾਲਾਤ ਜੇ ਕੋਈ ਇੱਕ ਪਾਰਟੀ ਜਾਂ ਇੱਕ ਸਰਕਾਰ ਸਾਫ਼ ਸੁਥਰੀ ਹੋਵੇ ਉਹ ਦੂਜਿਆਂ ਦਾ ਮੁਕਾਬਲਾ ਕਰ ਸਕਦੀ ਜਦੋਂ ਸਾਰੇ ਇੱਕੋ ਜਿਹੇ ਹੋਣ ਤਾਂ ਫਿਰ ਉਹ ਇੱਕ ਦੂਜੇ ਨੂੰ ਬਚਾਉਣ ਵਿੱਚ ਲੱਗੇ ਰਹਿਣਗੇ ਕਿਉਂਕਿ ਇਸੇ ਵਿੱਚ ਹੀ ਉਹਨਾਂ ਦਾ ਭਲਾ ਮੈਨੂੰ ਇਹ ਸਾਰੀ ਗੱਲ ਆ ਸਮਝ ਪੈਂਦੀ ਹੈ ਸੰਗੜਾ ਸਾਹਿਬ ਇਹ ਤਾਂ ਤੁਹਾਡੇ ਵਾਲੀ ਲਾਈਨ 'ਤੇ ਤੁਰ ਪਏ ਪ੍ਰਸਮਜੀਤ ਸਿੰਘ ਪਰ ਇੱਕ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਕਿ ਮੈਨੂੰ ਨਹੀਂ ਲੱਗਦਾ ਇਨਸਾਫ ਮਿਲੂਗਾ ਦੇਖੋ ਤੁਸੀਂ ਤਾਂ ਤੁਸੀਂ ਸਿਆਸੀ ਧਿਰ ਹੋ ਤੁਹਾਨੂੰ ਵੀ ਨਹੀਂ ਲੱਗਦਾ ਇਨਸਾਫ ਮੈਂ ਉਹੀ ਕਹੂੰਗਾ ਜੇ ਮੈਂ ਕਹੂੰਗਾ ਨਾ ਤਾਂ ਮੇਰੇ 'ਤੇ ਲੱਗ ਜਾਣਾ ਵੀ ਸਿਆਸੀ ਵਿਰੋਧੀ ਨੇ ਪੈਸ ਸਾਹਿਬ ਨੇ ਜਿਹੜੀ ਗੱਲ ਕਹੀ ਆ ਉਹ ਇਸ ਗੱਲ ਨੂੰ ਅਥੈਂਟੀਕੇਟ ਕਰਦੀ ਹੈ ਕਿ ਰਿਐਲਿਟੀ ਹੀ ਇਹ ਆ ਅਸੀਂ ਅਜੇ ਇੰਨੇ ਸਿਆਸੀ ਨਹੀਂ ਹੈਗੇ ਵੀ ਅਸੀਂ ਗੱਲ ਨੂੰ ਟਵਿਸਟ ਕਰ ਦਈਏ ਜਾਂ ਹੋਰ ਕਰ ਦਈਏ ਜਿਹੜੀ ਮੈਂ ED ਵਾਲੀ ਇਨਕਮ ਟੈਕਸ ਦੀ ਗੱਲ ਕਹੀ ਸੀ ਉਹ ਦੋਵਾਂ ਤਰ੍ਹਾਂ 'ਚ ਕਹੀ ਸੀ ਉਹ ਵੀ ਪੈਸ ਸਾਹਿਬ ਨੇ ਅਥੈਂਟੀਕੇਟ ਕਰਤੀ ਹੈ ਦੇਖੋ ਪ੍ਰੈਕਟੀਕਲੀ ਸਾਹਮਣੇ ਦਿਸਦਾ ਇਹ ਕੰਨ 'ਤੇ ਲਿਖਿਆ ਦਿਸਦਾ ਆ ਕਿ ਦੋ ਬੱਚਿਆਂ ਦਾ ਦਿਨ ਦਿਹਾੜੇ ਕਤਲ ਹੋਇਆ ਬੇਅਦਬੀ ਨੇ ਘਟਨਾਵਾਂ ਸ਼ਰਮਾ ਜੀ ਨੇ ਕਲੀਅਰ ਕੱਟ ਦੱਸਿਆ ਆ ਵੀ ਇਸ ਤੋਂ ਵੱਡੀ ਮੰਦਭਾਗੀ ਗੱਲ ਨਹੀਂ ਹੋ ਸਕਦੀ ਹਾਂਜੀ ਤੇ ਇੰਨੀ ਬੇਰਹਿਮੀ ਨਾਲ ਇੰਨੀ ਬੇਸ਼ਰਮੀ ਨਾਲ ਉਸ ਮੁੱਦੇ ਤੇ ਸਿਆਸਤ ਕੀਤੀ ਜਾ ਰਹੀ ਹੈ ਹੋਰ ਬਥੇਰੇ ਮੁੱਦੇ ਹੈਗੇ ਸਿਆਸਤ ਕਰਨ ਲਈ ਹੋਰ ਬਥੇਰੇ ਮੁੱਦੇ ਹੈਗੇ ਲੋਕਾਂ ਨੂੰ ਭਰਮਾ ਕੇ ਵੋਟਾਂ ਲੈਣ ਠੀਕ ਹੈ ਮੈਂ ਆ ਰਹਾ ਤਾਂ ਕਲੇ ਸਾਹਿਬ ਤੁਸੀਂ ਤਾਂ ਵਕਾਲਤ ਵੀ ਚੰਗੀ ਤਰ੍ਹਾਂ ਜਾਣਦੇ ਹੋ ਐਡਵੋਕੇਟ ਹੋ ਖੁਦ ਡਬਲ ਏਜੀ ਰਹੇ ਹੋ ਤੁਸੀਂ ਮੇਰਾ ਖਿਆਲ ਸ਼ਾਇਦ ਡਿਪਟੀ ਐਡਵੋਕੇਟ ਹਾਂ ਡਿਪਟੀ ਐਡਵੋਕੇਟ ਡੀ ਏ ਜੀ ਰਹੇ ਹੋ ਤੁਸੀਂ ਡਿਪਟੀ ਐਡਵੋਕੇਟ ਜਾਣਦੇ ਹੋ ਮੇਰਾ ਸਵਾਲ ਹੈਗਾ ਕਲੇਰ ਸਾਹਿਬ ਇਹ 'ਚ ਕਾਨੂੰਨੀ ਮਸਲਾ ਕੀ ਹੈਗਾ ਅਤੇ ਸਿਆਸੀ ਮਸਲਾ ਤਾਂ ਮੈਂ ਤੁਹਾਡੇ ਤੋਂ ਨਹੀਂ ਪੁੱਛੂੰਗਾ ਕਾਨੂੰਨੀ ਮਸਲਾ ਕੀ ਹੈਗਾ KP ਜੀ ਗੱਲ ਇਹ ਹੈਗੀ ਹੈ ਕਿ ਜਿਹੜਾ ਕਾਨੂੰਨ ਹੈ ਜਾਂ ਜਿਹੜੀਆਂ ਅਦਾਲਤਾਂ ਨੇ ਉਹ ਚੱਲਦੀਆਂ ਸਬੂਤ ਦੇ ਨਾਲ ਜਿਹੜਾ ਕੂੜ ਪ੍ਰਚਾਰ ਅਦਾਲਤਾਂ ਤੋਂ ਬਾਹਰ ਹੈ ਉਹ ਅਦਾਲਤਾਂ ਦੇ ਅੰਦਰ ਜਾ ਕੇ ਉਹਦੀ ਕੋਈ ਰੈਲੇਵੈਂਸ ਨਹੀਂ ਰਹਿ ਜਾਂਦੀ ਉਹ ਮੁੱਦੇ ਮੁੱਟਿਕਦਾ ਔਰ ਉਹੀ ਕਾਂਗਰਸ
मैं कानूनी मसला पूछ रहा हूं केपी जी, मैं इस गल ते किदा इन्वेस्टिगेशन एजेंसी ने दसना, मैं किसे ते किदा इल्जाम लगा सकदा? मैं तां कहना कि अगर मनिंदर पाल बिट्टू फड़िया सी, अगर सरकार नूं लगदा सी ओह मुख मुलजम है, तां ओहदी सिक्योरिटी करदे नूं जेल दे विच क्यों मरवाया गया? अखिलेश साहब, मेरा सवाल यह है कि राम रहीम नूं प्रोडक्शन वारंट ते इस मामले विच लिआंदा जाणा चाहिए या वीडियो कॉन्फ्रेंसिंग जरिए जो भी है, सिक्योरिटी का मसला, क्योंकि जिहड़ा बलात्कारी हैगा राम रहीम उनकी पेशवी बड़ी औखी है, ਲਿਆਉਣਾ ਚਾਹੀਦਾ। ਮੈਂ ਕਾਨੂੰਨੀ ਨੁਕਤਾ ਜਾਣਨਾ ਚਾਹੁੰਦਾ ਅਖਿਲੇਸ਼ ਸਾਹਿਬ। ਕੇਪੀ ਜੀ, ਮੈਂ ਫਿਰ ਤੁਹਾਡੇ ਚੈਨਲ ਤੇ ਇੱਕ ਗੱਲ, ਕਿਉਂਕਿ ਐਫ ਆਈ ਆਰ ਦੇ ਮਾਮਲੇ 'ਚ ਤੁਸੀਂ ਕਾਨੂੰਨੀ ਨੁਕਤਾ ਨਹੀਂ ਸਾਂਝਾ ਕਰਦੇ ਪਾਏ, ਇਸ ਮਾਮਲੇ ਵਿੱਚ ਵੀ ਕਾਨੂੰਨੀ ਨੁਕਤਾ ਨਹੀਂ ਸਾਂਝਾ ਕਰ ਰਹੇ। ਮੈਂ ਕਾਨੂੰਨੀ ਨੁਕਤੇ ਤੇ ਕਹਿਣਾ ਕੀ ਤੁਹਾਨੂੰ ਲੱਗਦਾ ਕਿ ਹਿੰਦੁਸਤਾਨ ਦੀ ਜਿਹੜੀ ਹੈ ਸਿਕਿਉਰਿਟੀ ਫੋਰਸਿਸ ਨੇ ਉਹ ਇੰਨੀਆਂ ਕਮਜ਼ੋਰ ਹੋ ਗਈਆਂ ਕਿ ਇੱਕ ਬੰਦਾ ਸਾਡੇ ਲਈ ਐਡਾ ਇੰਪੋਰਟੈਂਟ ਹੋ ਗਿਆ ਕਿ ਅਸੀਂ ਉਹਨੂੰ ਪੇਸ਼ ਨਹੀਂ ਕਰਾ ਸਕਦੇ? ਮੈਨੂੰ ਲੱਗਦਾ ਕਿ ਰਾਮ ਰਹੀਮ ਨੂੰ ਇਸ ਮਾਮਲੇ ਵਿੱਚ ਪੁੱਛਣਾ ਚਾਹੀਦਾ ਹੈ, ਮੈਨੂੰ ਲੱਗਦਾ। ਜੇ ਪੁੱਛਣਾ ਚਾਹੀਦਾ ਮੈਂ ਤੁਹਾਡੇ ਨਾਲ ਆ, ਮੈਂ ਕਹਿਣਾ ਕਿ ਅਗਰ ਉਹ ਇੱਕ ਇੰਪੋਰਟੈਂਟ ਕੜੀ ਹੈ ਤਾਂ ਵਾਕਈ ਉਹ ਤੋਂ ਪੁੱਛ ਗਈ ਗਵਰਨਮੈਂਟ ਮੰਗੜ। ਕਾਂਗਰਸ ਨੂੰ ਲੱਗਦਾ ਰਾਮ ਰਹੀਮ ਨੂੰ ਪੁੱਛਣਾ ਚਾਹੀਦਾ? ਬਿਲਕੁਲ ਜੀ, ਸਾਡੀ ਟੀਮ ਵੀ ਗਈ। ਕਦੋਂ ਪੁੱਛੋਗੇ ਫਿਰ? ਤੁਹਾਡੀ ਟੀਮ ਉੱਥੇ ਕੀ ਲੈ ਕੇ ਗਈ ਸੀ? ਸਨਵਾਰੀਆ ਜੇਲ੍ਹ ਦੇ ਵਿੱਚ ਕੀ ਲੈ ਕੇ ਗਈ ਸੀ? ਇਹ ਵੀ ਦੱਸੋ, ਦਰਸ਼ਕਾਂ ਨੂੰ ਦੱਸੋ ਕੀ ਲੈ ਕੇ ਗਈ ਸੀ? ਦੇਖੋ, ਸਾਡੀ ਟੀਮ ਉੱਥੇ ਇਨਵੈਸਟੀਗੇਸ਼ਨ ਕਰਨ ਗਈ ਸੀਗੀ ਜੀ, ਠੀਕ ਹੈ। ਇੱਥੋਂ ਇੰਟੀਮੇਸ਼ਨ ਚੱਲ ਗਈ ਸੀਗੀ ਜਿਹੜੀ ਕਿ ਉਹਨਾਂ ਕੋਲ ਪਹੁੰਚੀ ਨਹੀਂ ਸੀਗੀ, ਠੀਕ ਹੈ। ਲੇਕਿਨ ਸਾਡੇ ਵੱਲੋਂ ਇੰਟੀਮੇਸ਼ਨ, ਉਸ ਤੋਂ ਬਾਅਦ ਕੁਝ ਕਾਰਵਾਈ ਹੋਈ? ਉਸ ਤੋਂ ਬਾਅਦ ਫਿਰ ਉਹਨਾਂ ਦੇ ਉੱਤੇ ਉਹਨਾਂ ਨੇ ਇਲੈਕਸ਼ਨ ਦਾ ਕੋਡ ਉਹ ਲੱਗ ਗਿਆ ਜੀ, ਚੁਣਾਵ ਆ ਗਏ। ਨਹੀਂ, ਕੇਪੀ ਜੀ, ਫਿਰ ਕੋਡ ਆਫ ਕੰਡਕਟ ਲੱਗ ਗਿਆ ਸੀਗਾ। ਇਹ ਇਹਨਾਂ ਦੀ ਸਰਕਾਰ ਮੰਗ ਕਰ ਰਹੀ ਸੀਗੀ ਵੀ ਉਹਨੂੰ ਇੱਥੋਂ ਹਟਾ ਕੇ ਕਿਤੇ ਹੋਰ ਭੇਜ ਦਿੱਤਾ। ਕੇਪੀ ਜੀ, ਮੈਂ ਫਿਰ ਗੱਲ ਕਲੀਅਰ ਕਰਦਿਆਂ ਕਿ ਫਿਰ ਜਦੋਂ ਚੋਣਾਂ ਦੇ ਦੌਰਾਨ ਕੰਮ ਕਰ ਰਹੇ ਸੀ ਤੁਸੀਂ, ਉਹ ਤੋਂ ਬਾਅਦ ਚੀਫ ਸੈਕਟਰੀ ਨੇ ਮਾਫੀ ਮੰਗੀ ਇਲੈਕਸ਼ਨ ਕਮਿਸ਼ਨ ਤੋਂ ਕਿ ਕੰਵਰ ਵਿਜੇ ਪ੍ਰਤਾਪ ਕੰਮ ਕਰਦੇ ਰਹੇ ਨੇ, ਸੋ ਕਿਸ ਬਿਨਾਹ ਤੇ ਕਹਿ ਰਹੇ ਹੋ ਕਿ ਉਹ ਕੰਮ ਕਰਨਾ ਬੰਦ ਹੋ ਗਏ ਸੀ? ਫਿਰ ਮਾਫੀ ਕਿਸ ਗੱਲ ਦੀ ਮੰਗਣੀ ਪਈ ਚੀਫ ਸੈਕਟਰੀ? ਮੈਨੂੰ ਲੱਗਦਾ ਅਕਾਲੀ ਦਲ ਕਦੇ ਵੀ ਨਹੀਂ ਕਹੂਗਾ ਕਿ ਤੁਸੀਂ ਡੇਰੇ ਨੂੰ ਬੁਲਾਓ, ਕਿਉਂਕਿ ਇਹਨਾਂ ਨੂੰ ਅਕਾਲੀ ਦਲ ਨੂੰ ਪਤਾ ਹੈ ਕਿ ਇਹਨਾਂ ਨੇ ਜਿਹੜੀਆਂ ਇਲੈਕਸ਼ਨ ਦੇ ਵਿਧਾਨ ਸਭਾ ਇਲੈਕਸ਼ਨ ਵਿੱਚ ਡੇਰੇ ਦੀ ਸਪੋਰਟ ਲਈ ਇਹਨਾਂ ਨੇ। ਸ਼ਰਮਾ ਜੀ, ਅਸੀਂ ਕਹਿ ਰਹੇ ਕਿ ਬੁਲਾਓ, ਤੁਸੀਂ ਇਹ ਗੱਲ ਕਿੱਦਾਂ ਕਹਿ ਸਕਦੇ ਹੋ? ਮੈਂ ਅਕਾਲੀ ਦਲ ਦਾ ਨੁਮਾਇੰਦਾ, ਇਸ ਕਰਕੇ ਮੈਂ ਅਕਾਲੀ ਦਲ ਦੇ ਨੁਮਾਇੰਦੇ ਦੇ ਤੌਰ ਤੇ ਕਹਿ ਰਿਹਾ ਕਿ ਜਿਹੜਾ ਵੀ ਬੰਦਾ ਇਸ ਇਨਵੈਸਟੀਗੇਸ਼ਨ ਵਿੱਚ ਜ਼ਰੂਰੀ ਹੈ ਉਹਨੂੰ ਬੁਲਾਓ। ਤੁਸੀਂ ਬਿਲਕੁਲ ਹੀ ਇੱਕ ਡਿਫਰੈਂਟ ਲਾਈਨ ਟੋਕ ਕਰ ਰਹੇ ਹੋ, ਇਹਨਾਂ ਦੇ ਅੱਗੇ ਵੀ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਕਿ ਬੁਲਾਓ। ਚਲੋ, ਮੈਂ ਇੱਕ ਕਲੀਅਰ ਸਾਹਿਬ, ਇੱਕ ਪ੍ਰੈਸ ਰਿਲੀਜ਼ ਜਾਰੀ ਕਰ ਦਿਓ ਤੁਸੀਂ ਕੇਪੀ ਜੀ, ਅਸੀਂ ਤਾਂ ਉੱਪਰ ਰਾਮ ਰਹੀਮ ਨੂੰ ਇਸ ਮਾਮਲੇ ਵਿੱਚ ਸੱਦਿਆ ਜਾਵੇ। ਕੇਪੀ ਜੀ, ਅਸੀਂ ਪ੍ਰੈਸ ਰਿਲੀਜ਼ ਕੀ ਇਸ ਦਾ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹਿੰਦੇ ਆ ਕਿ ਜਿਹੜਾ ਵੀ ਸੱਚ ਹੈ ਲੋਕਾਂ ਸਾਹਮਣੇ ਲਿਆਓ, ਇਨਵੈਸਟੀਗੇਸ਼ਨ ਏਜੰਸੀ ਟੋਟੀ, ਜਿਹੜਾ ਵੀ ਸ਼ਬਦ ਤੁਸੀਂ ਵਰਤੋ ਨਾ, ਜਿਹੜਾ ਵੀ ਸ਼ਬਦ ਦੇ ਵਿੱਚ ਰਾਮ ਰਹੀਮ ਮਿਸ ਹੋ ਜਾਂਦਾ। ਮੈਂ ਕੇਪੀ ਜੀ ਤੁਹਾਡੇ ਚੈਨਲ ਦੇ ਉੱਤੇ ਬਹਿ ਕੇ ਕਹਿ ਰਿਹਾ, ਮੈਂ ਅਕਾਲੀ ਦਲ ਦਾ ਨੁਮਾਇੰਦਾ, ਇਸ ਦੇ ਵਿੱਚ ਜੇ ਕੋਈ ਕੜੀ ਆ ਔਰ ਅਗਰ ਇਨਵੈਸਟ ਸਿੱਟ ਨੂੰ ਲੱਗਦਾ ਕਿ ਰਾਮ ਰਹੀਮ ਇਹਦੇ ਵਿੱਚ ਇੰਪੋਰਟੈਂਟ ਕੜੀ ਹੈ ਤਾਂ ਜਾਣ ਉਹ ਤੋਂ ਪੁੱਛਗਿੱਛ ਕਰਨ, ਕਿਉਂ ਨਹੀਂ ਕਰਦੇ? ਕੌਣ ਰੋਕਦਾ? ਇੱਕ ਵਾਰੀ ਸੁਨਾਰੀਆ ਜੇਲ੍ਹ ਜਾਂਦੇ ਨੇ, ਮੁੜੇ ਆਉਂਦੇ ਨੇ, ਕਿਉਂ ਨਹੀਂ ਇਹਨਾਂ ਨੇ ਅੱਗੇ ਕਾਰਵਾਈ ਕੀਤੀ? ਨਰੇਸ਼ ਜੀ, ਮਿਸਟਰ ਕਲੇਅਰ ਜੋ ਗੱਲ ਕਹਿ ਰਿਹਾ, ਸਾਨੂੰ ਉਸ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ। ਇਹ ਫਿਰ ਓਪਨ ਚੈਲੇਂਜ ਕਰਦੇ ਪਏ ਸਰਕਾਰ ਨੂੰ, ਜੋ ਮਰਜ਼ੀ ਕਰ ਲਓ, ਜੇ ਸਿੱਟ ਨੂੰ ਲੱਗਦਾ ਤਾਂ ਕਰਨ ਕਾਰਵਾਈ। ਫਿਰ ਸਿੱਟ 'ਤੇ ਸਾਰਾ ਸਵਾਲ ਉੱਠਦਾ, ਅਦਾਲਤਾਂ 'ਤੇ ਸਵਾਲ ਉੱਠਦਾ ਪਿਆ ਜਿੱਥੇ ਸਾਰੇ ਕੇਸ ਚੱਲਦੇ ਪਏ ਆ, ਉਹਨਾਂ ਕੇਸਾਂ 'ਤੇ ਜਿਹੜੀਆਂ ਪਟੀਸ਼ਨਾਂ ਪੈਂਦੀਆਂ ਪਈਆਂ ਉਹਨਾਂ ਵਿੱਚ ਕੀ ਹਵਾਲਾ ਦਿੱਤਾ ਜਾ ਰਿਹਾ? ਸ਼ਰਮਾ ਜੀ, ਕੇਪੀ ਜੀ, ਬਿਲਕੁਲ ਗੱਲ ਕਲੀਅਰ ਹੈ ਕਿ ਜਿਹੜੀ ਕਿਤੇ ਨਾ ਕਿਤੇ ਫਰੈਂਡਲੀ ਮੈਚ ਹੈ, ਇਹਨਾਂ ਨੂੰ ਵੀ ਪਤਾ ਕਿ ਸਾਡੇ ਖਿਲਾਫ਼ ਜਿਹਨੇ ਕਾਰਵਾਈ ਕਰਨੀ ਉਹਨੇ ਨਹੀਂ ਕਰਨੀ, ਚਾਹੇ ਕਾਂਗਰਸ ਦੇ MLA ਰੌਲਾ ਪਾਈ ਜਾਣ, ਚਾਹੇ ਮੰਤਰੀ ਪਾਈ ਜਾਣ। ਇਸ ਕਰਕੇ ਇਹ ਬੜਾ ਉਹ ਕਹਿੰਦੇ ਕਿ ਸਾਡੇ ਖਿਲਾਫ਼ ਕਾਰਵਾਈ। ਦੇਖੋ, ਜਿੱਥੋਂ ਤੱਕ ਡਰੱਗ ਕੇਸ ਦਾ ਮਾਮਲਾ, ਤੁਸੀਂ ਦੇਖੋ ਉਹਦੇ ਵਿੱਚ ਜਸਟਿਸ ਰਾਜੀਵ ਸ਼ਰਮਾ ਨੇ ਕਹਿ ਤਾ ਕਿ ਇਹਦੀ ਅਗਲੀ ਹੀਅਰਿੰਗ ਹੋ ਜਾਣੀ, ਉਹਦੇ ਫੈਸਲਾ ਹੋ ਜਾਣਾ। ਉਹਨੇ ਕਿਹਾ ਡਰੱਗ ਦੇ ਕੇਸ, ਉਹਨੇ ਕਹਿੰਦਾ ਸੀਲਬੰਦ ਕੋਰਟ ਮੈਂ ਓਪਨ ਕਰੂੰਗਾ। ਤੁਸੀਂ ਦੇਖਣਾ ਜੀ, ਹੁਣ ਜਿਹੜਾ 20 ਮਾਰਚ ਨੂੰ ਕੇਸ ਲੱਗਿਆ, ਅਤੇ ਜਿਹੜਾ ਇਸ ਸਰਕਾਰ ਤਾਂ ਕੁਛ ਨਹੀਂ ਕਰ ਸਕੀ, ਹੁਣ ਹਾਈ ਕੋਰਟ ਨੇ ਉਹ ਕੰਮ ਕਰ ਦੇਣਾ ਜਿਹੜਾ ਸਰਕਾਰਾਂ ਨਹੀਂ ਕਰ ਸਕੀਆਂ, ਉਹ ਕੇਸ ਸਾਰਾ ਓਪਨ ਹੋ ਜਾਣਾ। ਠੀਕ ਹੈ, ਮੰਗੜ ਸਾਹਿਬ, ਇੱਕ ਸਵਾਲ ਦਾ ਜਵਾਬ ਦੇ ਦਿਓ। ਇਹ ਚਿੱਠੀ ਹੈ ਜਸਵੀਰ ਕੌਰ ਦੀ, ਪਤਨੀ ਸਵਰਗੀ ਸਰਦਾਰ ਸੁਰਜੀਤ ਸਿੰਘ, ਜਿਹੜੇ ਮੁੱਖ ਗਵਾਹ ਸੀਗੇ ਬਹਿਬਲ ਕਲਾ ਗੋਲੀਕਾਂਡ। ਉਹਨਾਂ ਨੇ ਕਿਹਾ ਕਿ ਮੇਰੇ ਪਰਿਵਾਰ ਨੂੰ ਬਦਨਾਮ ਕਰਨ ਲਈ ਅਤੇ ਕਾਂਗੜ ਅਤੇ ਕਿੱਕੀ ਢਿੱਲੋਂ ਨੇ ਖੁਦ ਬਿਜਲੀ ਬੋਰਡ ਨੂੰ 20,556 ਰੁਪਏ 30/1/2020 ਨੂੰ ਜੁਰਮਾਨਾ ਭਰ ਕੇ ਬਿਜਲੀ ਦੇ ਬਿੱਲ ਉੱਪਰ ਬਿਜਲੀ ਚੋਰੀ ਦਾ ਵੇਰਵਾ ਪਵਾਇਆ। ਇਸ ਦਾ ਸੱਚ ਕੀ ਹੈਗਾ? ਦੇਖੋ ਕੇਪੀ ਜੀ, ਮੈਂ ਜਿੱਥੇ ਤੱਕ ਮੇਰੇ ਕੋਲ ਫੈਕਟਸ ਆਏ ਨੇ ਡਿਫਰੈਂਟ ਡਿਪਾਰਟਮੈਂਟਸ ਤੋਂ, ਬਹਿਬਲ ਘਰਾਂ ਦੇ ਵਿੱਚ 50 ਘਰਾਂ ਦੇ ਵਿੱਚ ਰੇਡ ਪਈ ਸੀ, ਜਿਨ੍ਹਾਂ ਦੇ ਵਿੱਚ 30 ਘਰਾਂ ਨੂੰ ਜੁਰਮਾਨਾ ਹੋਇਆ ਸੀਗਾ, ਜਿਨ੍ਹਾਂ ਵਿੱਚੋਂ ਡਿਸੀਜ਼ ਸੁਰਜੀਤ ਸਿੰਘ ਜੀ ਦਾ ਵੀ ਇੱਕ ਘਰ ਸੀਗਾ। ਸਰ, ਮੈਂ ਬੜਾ ਸਧਾਰਨ ਸਵਾਲ ਪੁੱਛਦਾ, 20,556 ਰੁਪਏ ਕਿੰਨੇ ਭਰੇ? ਕੇਪੀ ਜੀ, ਇਹਨਾਂ 'ਤੇ 1,00,000 ਰੁਪਇਆ ਜੁਰਮਾਨਾ ਹੋਇਆ ਸੀਗਾ, ਠੀਕ ਹੈ ਜੀ। ਸਰ, ਪਾਵਰਕੌਮ ਦੇ ਕੋਲ ਪੂਰਾ ਰਿਕਾਰਡ ਹੁੰਦਾ ਨਾ, ਇਹ ਦੱਸ ਦਿਓ ਤੁਸੀਂ ਸਪਸ਼ਟੀਕਰਨ ਦੇ ਦਿਓ। ਤੁਸੀਂ ਅਕਾਲੀ ਦਲ ਨੂੰ ਘੇਰ ਲਓ ਜੇ ਅਕਾਲੀ ਦਲ ਝੂਠ ਇਲਜ਼ਾਮ ਲਗਾ ਰਿਹਾ ਉਹਨਾਂ ਨੂੰ ਨਾਲ ਬਿਠਾ ਕੇ। ਹੁਣ ਮੇਰੀ ਗੱਲ ਸੁਣੋ, ਅਸੀਂ ਤਾਂ ਨਹੀਂ ਭਰੇ ਜੀ, ਵੀ ਵੀ ਨਾਟ ਡਨ ਇਟ, ਠੀਕ ਹੈ। ਤੁਸੀਂ ਪਤਾ ਕਰਦੇ ਦੱਸੋ ਸਰਕਾਰ, ਤੁਸੀਂ
ਸ਼੍ਰੋਮਣੀ ਅਕਾਲੀ ਦਲ ਦੱਸਣ ਤਿੰਨ ਸਾਲ ਇਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ, ਗੱਲ ਤਾਂ ਉੱਥੇ ਆ ਕੇ ਰੁਕਦੀ ਹੈ। ਕੇਪੀ ਜੀ ਇਹ ਤਾਂ ਹੁਣ ਪਰਿਵਾਰ ਨੇ ਅੱਜ ਇਹਨਾਂ ਤੇ ਇਲਜ਼ਾਮ ਲਗਾਏ ਨੇ ਕਿ ਸਾਡੇ ਅਕਾਊਂਟ ਦੇ ਵਿੱਚ ਪੈਸੇ ਭਰੇ ਨੇ, ਔਰ ਮੈਂ ਤਾਂ ਖੁਦ ਕਹਿਣਾ ਚੈਨਲ ਦੇ ਉੱਤੇ ਕਿ ਜਿਹੜੇ ਵੀ ਅਗਰ ਇਹਦੇ 'ਚ ਕਾਂਗੜ ਹੈ ਜਾਂ ਕਿੱਕੀ ਢਿੱਲੋਂ ਜਾਂ ਕਾਂਗਰਸ ਦਾ ਕੋਈ ਹੋਰ ਮੰਤਰੀ ਇਹਦੇ ਬਿਹਾਈਂਡ ਦਾ ਸੀਨ ਹੈਗਾ, ਸਰਕਾਰ ਜਨਤਕ ਕਰੇ ਉਹਦਾ ਨਾਂ ਹੈ 20,756 ਰੁਪਏ ਜਿਹੜੇ ਤੁਸੀਂ ਕਹਿ ਰਹੇ ਹੋ ਕਿਹਨੇ ਭਰਵਾਏ ਨੇ? ਪਰਿਵਾਰ ਦਾ ਪਿਛੋਕੜ ਅਕਾਲੀ ਦਲ ਕੇਪੀ ਜੀ ਇਸ ਟਾਈਮ ਉਹ ਪਰਿਵਾਰ ਦੇ ਵਿੱਚ ਇੱਕ ਮੌਤ ਹੋਈ ਔਰ ਉਹਦਾ ਇਨਸਾਫ ਮੰਗ ਰਹੇ ਨੇ, ਔਰ ਇਹ ਅੱਜ ਜੋ ਹੁਣ ਗੱਲਾਂ ਹੁਣ ਆਪਾਂ ਤੁਸੀਂ ਕਹੀਏ ਕਿ ਚਾਹੇ ਕਾਂਗਰਸੀ ਹੈ ਚਾਹੇ ਅਕਾਲੀ ਹੈ, ਸੱਤਾ ਧਿਰ ਕਹਿੰਦੀ ਹੈ ਕਿ ਉਹ ਕਿਸੇ ਨੂੰ ਨਿੱਜੀ ਫਾਇਦਾ ਦਿਵਾਉਣ ਦੇ ਲਈ ਪਰਿਵਾਰ ਨੂੰ ਅੱਗੇ ਕੀਤਾ ਜਾ ਰਿਹਾ, ਇਹ ਕਹਿ ਰਹੀ ਹੈ ਕਾਂਗਰਸ ਜਮਾਤ ਇਹ ਐਲੀਗੇਸ਼ਨ ਲਾ ਰਹੀ ਹੈ ਜਿਨ੍ਹਾਂ ਨੇ ਸਾਰੀ ਬੇਅਦਬੀ ਤੇ ਬਾਈਬਲ ਕਲਾਂ ਦਾ ਨਿੱਜੀ ਫਾਇਦਾ ਚੱਕਿਆ। ਸੋ ਅੱਜ ਆ ਕੇ ਅਗਰ ਤੁਸੀਂ ਕਹੋ ਅਗਰ ਪਰਿਵਾਰ ਹੁਣ ਇਨਸਾਫ ਮੰਗ ਰਿਹਾ, ਕੇਪੀ ਜੀ ਇੱਕ ਗੱਲ ਲੈ ਲਿਓ, ਮੇਰਾ ਲਾਸਟ ਪੁਆਇੰਟ ਲੈ ਲਿਓ, ਇਹਦਾ ਪੁਆਇੰਟ ਜਿਹੜੀ ਸਰਦਾ ਪੁਆਇੰਟ ਹੈ, ਜਿਹੜਾ ਇੱਕ ਪੁਆਇੰਟ ਲੈ ਲਿਓ ਕੀ ਅੱਜ ਲਾਅ ਆਫ ਦਾ ਲੈਂਡ ਸਰਕਾਰ ਆਪਣੇ ਬੰਦੇ ਲਈ ਬਦਲੂਗੀ? ਇਹ ਸਿੱਧੀ ਗੱਲ ਹੈ ਕਿ ਅਗਰ ਕੋਈ ਬੰਦਾ ਪੁਲਿਸ ਕੋਲੇ ਜਾਂਦਾ ਹੈ ਆਪਣੀ ਸ਼ਿਕਾਇਤ ਕਰਾ, FIR ਦਰਜ ਕਰੋ, ਇਨਕੁਆਇਰੀ ਕਰੋ, ਕੈਂਸਲ ਕਰ ਦਿਓ, ਕਿਉਂ ਨਹੀਂ ਕਿੱਕੀ ਢਿੱਲੋਂ ਤੇ ਜਾਂ ਕਿਉਂ ਨਹੀਂ ਜਿਹੜਾ ਕਾਂਗੜ ਸਾਹਿਬ ਤੇ ਇੱਕ FIR ਦਰਜ ਕੀਤੀ ਜਾਂਦੀ ਹੈ ਇਹਦੇ ਬਿਆਨਾਂ ਤੇ ਝੂਠੀ ਪਾਈ ਜਾਓ ਕੈਂਸਲ ਕਰ ਦੇਣ ਬਾਅਦ ਦੇ। ਸੰਗੜਾ ਸਾਹਿਬ, ਸੰਗੜਾ ਸਾਹਿਬ, ਇਹ ਕਹਿੰਦੇ ਸਿਆਸੀ ਪਿਛੋਕੜ ਛੱਡ ਦਿਓ, ਕਾਰਵਾਈ ਕਰੋ। ਇੱਕ ਗੱਲ ਜ਼ਰੂਰ ਹੈਗੀ ਆ, ਉਹਨਾਂ ਦੇ ਘਰ ਦਾ ਵਿਅਕਤੀ ਤਾਂ ਚਲਾ ਗਿਆ ਨਾ ਇਸ ਦੁਨੀਆ ਤੋਂ, ਚਾਹੇ ਹਾਰਟ ਅਟੈਕ ਨਾਲ ਗਿਆ ਚਾਹੇ ਸਦਮੇ 'ਚ ਸੀਗਾ ਨਹੀਂ ਸੀਗਾ, ਉਹਦੇ ਬਾਰੇ ਬੇਸ਼ੱਕ ਕਾਂਗਰਸ ਵਾਲੇ ਕਹਿ ਸਕਦੇ ਆ ਵੀ ਇਹ ਇਨਕੁਆਇਰੀ ਦਾ ਮਸਲਾ ਜਾਂ ਕਿੱਦਾਂ, ਬਟ ਇੱਕ ਸਿੰਪਲ ਤੋਂ ਸਿੰਪਲ ਆਦਮੀ ਵੀ ਕੋਈ ਅਰਜ਼ੀ ਦਿੰਦਾ ਉਹਦਾ ਨਿਪਟਾਰਾ ਕਰਨਾ ਹੁੰਦਾ, ਉਸ ਘਰ ਦਾ ਇੱਕ ਜੀ ਇਸ ਦੁਨੀਆ ਤੋਂ ਚਲਾ ਗਿਆ, ਸਿਆਸੀ ਜਸ਼ਮੇ ਨਾਲ ਕਿਉਂ ਸੀਰੀਅਸ ਐਲੀਗੇਸ਼ਨ ਲਾ ਰਹੇ ਹੈ ਪਰਿਵਾਰ ਨੂੰ ਸਿਗੜਾ ਸਰ, ਸਿਆਸੀ ਜਸ਼ਮੇ ਨਾਲ ਕਿਉਂ ਦੇਖਿਆ ਜਾ ਰਿਹਾ? ਫਿਰ ਕੰਪਲੀਟ ਤਾਂ ਕਰ ਲੈਂਦੇ ਹੋ ਨਾ, ਤੇ ਉਸ ਪਰਿਵਾਰ ਦਾ ਇੱਕ ਮੈਂਬਰ ਇਸ ਘਰ ਤੋਂ ਚਲਾ ਗਿਆ, ਉਹ ਵੀ ਜਿਹੜਾ ਮੁਖੀ ਸੀਗਾ, ਤੁਸੀਂ ਉਸ ਪਰਿਵਾਰ ਨੂੰ ਜੋ ਵੀ ਉਹਨਾਂ ਦੇ ਖਦਸ਼ੇ ਹੈਗੇ ਜੋ ਐਲੀਗੇਸ਼ਨ ਲਾ ਰਹੇ ਆ ਉਹਦੇ ਤੇ ਕਾਰਵਾਈ ਤਾਂ ਕਰੋ, ਠੀਕ ਹੈ ਨਾ, ਨਿਪਟਾਰਾ ਤਾਂ ਕਰੋ, ਨਿਪਟਾਰਾ ਹੀ ਨਹੀਂ ਕਰ ਰਹੇ, ਵਿਧਵਾ ਔਰਤ ਇੱਥੇ ਪ੍ਰੈਸ ਕਾਨਫਰੰਸ ਕਰਨ ਤੱਕ ਮਜਬੂਰ ਹੋਈ ਆ, ਇੰਨੀ ਮਤਲਬ ਬਦਅਮਨੀ ਫੈਲ ਗਈ ਆ, ਇੰਨੀ ਬੇਸ਼ਰਮੀ ਹੈ, ਉਹਨਾਂ ਦੀ ਤੁਸੀਂ ਗੱਲਾਂ ਸੁਣੋ ਤਾਂ ਨਿਪਟਾਰਾ ਕਰੋ। ਠੀਕ ਹੈ, ਛੋਟਾ ਹੋਰ ਬ੍ਰੇਕ ਲਵਾਂਗੇ, ਠੀਕ ਹੈ ਸਰ, ਠੀਕ ਹੈ, ਛੋਟਾ ਹੋਰ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਇਹ ਸਾਰੀ ਡਿਬੇਟ ਦੇ ਵਿੱਚ ਤੁਹਾਨੂੰ ਬਹੁਤ ਚੀਜ਼ਾਂ ਸਮਝ ਆ ਜਾਣਗੀਆਂ, ਕਿਉਂਕਿ ਇਹ ਚੀਜ਼ਾਂ ਸਮਝਾਉਣ ਦੇ ਲਈ ਤੁਹਾਨੂੰ ਡਿਬੇਟ ਦੇ ਲਈ ਰੱਖਿਆ ਗਿਆ ਕਿ ਇਹਨਾਂ ਸਾਰੇ ਪੈਨਲਿਸਟ ਨੂੰ ਬੁਲਾਇਆ ਗਿਆ ਕਿ ਅਸਲ ਵਿੱਚ ਇਹ ਕਹਿਣਾ ਕੀ ਚਾਹੁੰਦੇ ਆ ਅਤੇ ਤੁਹਾਨੂੰ ਕੀ ਸਮਝ ਆਵੇ, ਕਿਉਂਕਿ ਇਹ ਤੁਹਾਨੂੰ ਸਮਝਾਉਣਾ ਨਹੀਂ ਚਾਹੁੰਦੇ ਅਤੇ ਮੈਂ ਚਾਹੁੰਦਾ ਤੁਹਾਨੂੰ ਇਕੱਲੀ ਇਕੱਲੀ ਚੀਜ਼ ਸਮਝ ਆਵੇ। ਜਦੋਂ ਇਕੱਲੀ ਇਕੱਲੀ ਚੀਜ਼ ਤੁਹਾਨੂੰ ਸਮਝ ਆਊਗੀ ਤੁਹਾਨੂੰ ਪਤਾ ਲੱਗ ਜੂਗਾ ਕਿ ਪਿਛਲੀ ਸਰਕਾਰ ਅਤੇ ਹੋਣ ਵਾਲੀ ਸਰਕਾਰ ਨੇ ਇਸ ਮਾਮਲੇ 'ਚ ਕੀਤਾ ਕੀ ਆ ਅਤੇ ਅੱਗੇ ਕੀ ਕਰਨਗੇ। ਇਹ ਪੈਨਲ ਤੁਹਾਨੂੰ ਇਕੱਲੀ ਇਕੱਲੀ ਗੱਲ ਸਮਝਾਵੇਗਾ, ਜਿਹੜੇ ਤੁਹਾਨੂੰ ਗੁੰਮਰਾਹ ਕਰਨਗੇ ਤੁਹਾਨੂੰ ਉਹਨਾਂ ਦਾ ਵੀ ਪਤਾ ਲੱਗ ਜੂ। ਬ੍ਰੇਕ ਤੋਂ ਵਾਪਸ ਆ ਰਿਹਾ, ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਬੇਅਦਬੀ ਦੇ ਗੋਲੀਕਾਂਡ ਤੱਕ। ਬਾਦਲ ਕੈਪਟਨ ਨੇ ਕੀ ਕੀਤਾ ਸੀ ਸਵਾਲ, ਕਿਉਂ ਪੁੱਛ ਰਹੇ ਹਾਂ, ਸਵਾਲ ਅਸੀਂ ਇਹ ਪੁੱਛ ਰਹੇ ਹਾਂ ਬੇਅਦਬੀ ਦੇ ਗੋਲੀਕਾਂਡ ਤੱਕ ਸਿਆਸਤ ਤੋਂ ਅੱਗੇ ਕਦੇ ਕੁਛ ਹੋਵੇਗਾ। ਮੈਂ ਆ ਰਿਹਾ ਰਸਮਜੀਤ ਸਿੰਘ ਤੁਹਾਡੇ ਕੋਲ, ਗੁਰਮੀਤ ਮੰਗੜ ਇੱਕ ਸਵਾਲ ਦਾ ਜਵਾਬ ਦੇ ਦਿਓ। ਹਾਂਜੀ, ਜੋ ਇਹ ਪਰਿਵਾਰ ਇਲਜ਼ਾਮ ਲਗਾ ਰਿਹਾ ਇਸ ਪਰਿਵਾਰ ਦਾ ਪਿਛੋਕੜ ਕੀ ਹੈਗਾ, ਉਸ ਨੂੰ ਪਾਸੇ ਰੱਖ ਕੇ ਇੱਕ ਪਰਿਵਾਰ ਦਾ ਜੀ ਚਲਾ ਗਿਆ ਜਿਹੜਾ ਕਿ ਇੱਕ ਵੱਡੇ ਮਾਮਲੇ ਦੇ ਵਿੱਚ ਮੁੱਖ ਗਵਾਹ ਵੀ ਸੀਗਾ। ਸਵਾਲ ਇਹ ਹੈਗਾ, ਸਰਕਾਰ ਇੰਨੀ ਸੰਜੀਦਾ ਨਹੀਂ ਹੈਗੀ ਕਿ ਜਿਹੜਾ ਉਹ ਪਰਿਵਾਰ ਮੰਗ ਕਰ ਰਿਹਾ ਉਹਦੇ 'ਤੇ ਕੋਈ ਕਾਰਵਾਈ ਸ਼ੁਰੂ ਕੀਤੀ ਜਾਵੇ? ਕੇਪੀ ਜੀ ਹੁਣ ਪਲੀਜ਼ ਮੈਨੂੰ ਟਾਈਮ ਦੇ ਦਿਓ, ਆਪਾਂ ਪਹਿਲਾਂ ਵੀ 24 ਜਨਵਰੀ ਟਾਈਮ ਤੁਹਾਨੂੰ 3 ਸਾਲ ਹੋ ਗਏ ਮਿਲੇ ਹੋਏ, ਹੁਣ 3 ਸਾਲ ਸਰ ਪਲੀਜ਼। ਹਾਂ, 24 ਜਨਵਰੀ ਨੂੰ ਆਪਾਂ ਇਸ ਚੀਜ਼ 'ਤੇ ਡਿਬੇਟ ਕਰ ਚੁੱਕੇ ਹਾਂ, ਠੀਕ ਹੈ, ਹੁਣ ਵੀ ਅੱਜ ਦੀ ਜਿਹੜੀ ਇਹਨਾਂ ਦੀ ਪ੍ਰੈਸ ਕਾਨਫਰੰਸ ਸੀਗੀ ਅਤੇ ਤੁਸੀਂ ਉਹਨੂੰ ਜੇ ਗੌਰ ਨਾਲ ਦੇਖੋ, ਉਹਨਾਂ ਨੇ ਉਹਨਾਂ ਦੇ ਬੇਟੇ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਅਕਿਊਜ਼ ਕੀਤਾ ਹੈ, ਫਸਟ। ਸੈਕਿੰਡ, ਐਂਡ ਦੇ ਵਿੱਚ ਉਹ ਲੇਡੀ ਨੇ ਇੱਕ ਗੱਲ ਕਹੀ ਹੈ ਵੀ ਸਾਡਾ ਕੋਈ ਤਾਰ ਨੂੰ ਜਾਂ ਟਰਾਂਸਫਾਰਮਰ ਨੂੰ ਲੈ ਕੇ ਮਨਜਿੰਦਰ ਸਿੰਘ ਜਿਹੜਾ ਕਿ ਉਹਨਾਂ ਦਾ ਗਵਾਂਢੀ ਸੀ ਉਹਦੇ ਨਾਲ ਰੌਲਾ ਸੀ। ਸੋ ਬੇਸਿਕਲੀ ਦ ਇਸ਼ੂ ਇਜ਼ ਕਿ ਦੋ ਪੜੋਸੀ ਕਿਸੇ ਟਰਾਂਸਫਾਰਮਰ ਜਾਂ ਤਾਰ ਨੂੰ ਲੈ ਕੇ ਉਹਨਾਂ ਦਾ ਡਿਸਪਿਊਟ ਹੋ ਜਾਂਦਾ ਹੈ। ਫੋਰਚੂਨੇਟਲੀ ਅਨਫੋਰਚੂਨੇਟਲੀ ਇੱਕ ਅਕਾਲੀ ਦਲ ਦਾ ਸਪੋਰਟਰ ਸੀਗਾ, ਇੱਕ ਕਾਂਗਰਸ ਦਾ ਸਪੋਰਟਰ ਸੀ, ਜਿਹੜੀ ਤੁਸੀਂ ਕਹਿ ਰਹੇ ਇਨਵੈਸਟੀਗੇਸ਼ਨ, ਮੈਂ ਉਹਦੀ ਤੁਹਾਨੂੰ ਦੱਸ ਰਿਹਾ। ਹੁਣ ਹੋਇਆ ਕੀ ਜੀ, ਵੀ ਅਨਫੋਰਚੂਨੇਟਲੀ ਉਹ ਜਿਹੜਾ ਡਿਸੀਜ਼ਡ ਹੈ ਉਹ ਅਕਾਲੀ ਦਲ ਦਾ ਸੀਗਾ, ਅਤੇ ਅਨਫੋਰਚੂਨੇਟਲੀ ਜਿਹੜਾ ਅਕਿਊਜ਼ ਜਿਹਨਾਂ 'ਤੇ ਇਲਜ਼ਾਮ ਲਾ ਰਹੇ ਆ ਉਹ ਸਾਡੀ ਪਾਰਟੀ ਦਾ ਵਰਕਰ ਹੈ। ਹੁਣ ਇਸ਼ੂ ਇਹ ਹੈ ਵੀ ਉਹ ਜਿਹੜਾ ਟਰਾਂਸਫਾਰਮਰ ਜਾਂ ਤਾਰ ਸੀ ਉਹ ਹਟਾ ਦਿੱਤੀ ਗਈ ਹੈ, ਅਤੇ ਇਹਨਾਂ ਦਾ ਆਪਸੀ ਡਿਸਪਿਊਟ ਹੈ। ਇਹਦੇ ਵਿੱਚ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਸਾਡੇ ਮੈਂ ਦੋ MLAs ਦਾ ਤਾਂ ਇੱਕ MLA ਅਤੇ ਇੱਕ ਸਾਡੇ ਮੰਤਰੀ ਦਾ ਨਾਂ ਕਿਉਂ ਆ ਗਿਆ, ਜਦਕਿ ਵਾਈਲ ਦੈਟ ਜੈਂਟਲਮੈਨ ਵਾਜ਼ ਅਲਾਈਵ ਉਹਨੇ ਜਿਹੜੀ ਕੰਪਲੇਂਟ ਲਿਖੀ
भी मैनू प्रैशर पा रहा है उहदे विच श्रोमणी अकाली दल दे बंदे दा नाम उन्होंने मैनशन किया, दूजा उन्होंने उस कॉप का मैनशन किया, तीजी गल सर प्लीज मैं थोड़ा क्लियर कर देना, इदां उलझाओना ना, हां जी तुसीं इह कहना चाह रहे हो कि निजी रंजिश दा मामला नूं बहबल कला गोली कांड नाल जोड़ दित्ता गया, अकाली इही कहना चाह रहे हो ना, स्पष्ट शब्दों विच मैं समझ रहा ना तुहाडी गल किधर चला के जा रही है, इहनूं अकाली दल पोलिटिकलाइज कर रहा है, ठीक ठीक है जी, उत्थे ही बैठ के उन्होंने अकाली दल से भी उंगल चकती भी तुसी ता आप जेदे करके माइक होना पिया सीधा वीडियो नो मांग, हां उन्होंने माइक अपने कनी नहीं कर लिया जो अखीर च बिल्कुल ही टुक दी माइक, ठीक है सर ठीक है सर ठीक है आई कैन प्ले दी वीडियो, ठीक है सर ठीक है ਜੀ ਸਿੰਘ, ਇਹ ਪੂਰਾ ਮਾਮਲਾ ਜਿਹੜਾ ਉਹਨੂੰ ਛੋਟਾ ਕਰਕੇ ਦੇਖਣ ਦੀ ਕੋਸ਼ਿਸ਼ ਹੈ ਕਿ ਨਿੱਜੀ ਰੰਜਿਸ਼ ਦਾ ਮਾਮਲਾ ਇਹਨੂੰ ਇਹ ਸਿਆਸੀਕਰਨ ਦਾ ਕੀਤਾ ਜਾ ਰਿਹਾ, ਤੁਸੀਂ ਇਸ ਨਾਲ ਇਤਫਾਕ ਕਰੋ? ਚਲੋ ਥੋੜ੍ਹਾ ਬਹੁਤ ਇਹ ਵੀ ਹੋ ਸਕਦਾ ਹੈ ਸੱਚ ਹੈ, ਪਰ ਸਭ ਤੋਂ ਵੱਡਾ ਸੱਚ ਇਹ ਹੈ ਕਿ ਇੰਨਾ ਲੇਟ ਕਿਉਂ ਕੀਤਾ ਜਾ ਰਿਹਾ, 4.5 ਸਾਲ ਦਾ ਥੋੜ੍ਹਾ ਸਮਾਂ ਨਹੀਂ ਹੈਗਾ, ਇਹਦਾ ਮਤਲਬ ਜਿਹੜੀ ਸਾਰੇ ਬਾਕੀ ਲੋਕਾਂ ਦੀ ਹੈ, ਦੇਖੋ ਇੱਕ ਪਰਿਵਾਰ ਦੀ ਆ ਉਹ ਇੱਕ ਅਹਿਮ ਕੜੀ ਆ, ਉਹ ਤਾਂ ਸਾਰਿਆਂ ਨੂੰ ਦੁੱਖ ਹੈ ਕਿਸੇ ਦੇ ਪਰਿਵਾਰ ਦੇ ਮੈਂਬਰ ਦਾ ਜਾਣਦਾ, ਜੋ ਜਿਸ ਤਰ੍ਹਾਂ ਉਹਨਾਂ ਦੇ ਜਸਵੀਰ ਕੌਰ ਵਾਰ ਵਾਰ ਚਲਾ ਕੇ ਕਹਿ ਰਹੀ ਹੈ, ਜੋ ਉਹਦਾ ਦੁੱਖ ਨੂੰ ਸਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਪਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਜਿਹੜੇ ਵਿਟਨੈਸ ਹੈ ਜਿਹਦੇ ਉੱਤੇ ਕੇਸ ਖੜਾ ਉਹਨਾਂ ਦੀ ਵੀ ਰਾਜਨੀਤੀਕਰਨ ਹੋ ਰਿਹਾ, ਤੁਹਾਨੂੰ ਪਤਾ ਕੁਝ ਦਿਨ ਪਹਿਲਾਂ ਜਿਹੜੇ ਬਾਕੀ ਦੇ 9 ਵਿਟਨੈਸ ਹੈ ਉਹਨਾਂ ਦੀ ਸਟੇਟਮੈਂਟ ਆਈ ਸੀ ਕਿ ਸਾਡੇ 'ਤੇ ਕਿਸੇ ਕਿਸਮ ਦਾ ਦਬਾਅ ਨਹੀਂ, ਜਦੋਂ ਸੁਰਜੀਤ ਦੇ ਕੇਸ ਦੇ ਵਿੱਚ 9 ਉਹਨਾਂ ਦੀ ਵਾਈਫ ਨੇ ਇਹੋ ਜਿਹੀਆਂ ਸਟੇਟਮੈਂਟਾਂ ਦਿੱਤੀਆਂ ਕਿ ਸਾਡੇ 'ਤੇ ਦਬਾਅ ਆ, ਤਾਂ ਉਹਨਾਂ ਨੇ ਦੂਜੀਆਂ ਦੀਆਂ ਮਤਲਬ ਜਿਹੜੇ ਦੂਜੀ ਪਾਰਟੀ ਆ ਜਾਂ ਕਾਂਗਰਸ ਦਾ ਕਹਿ ਲਓ ਉਹਨਾਂ ਨੇ ਉਹਨਾਂ ਸਾਰਿਆਂ ਦੀਆਂ ਸਟੇਟਮੈਂਟਾਂ ਆ ਗਈਆਂ ਕਿ ਸਾਡੇ 'ਤੇ ਕੋਈ, ਈਵਨ ਪਰਿਵਾਰਾਂ ਦੇ ਮੈਂਬਰਾਂ ਦੀਆਂ ਵੀ ਜਿਨ੍ਹਾਂ ਦੇ 2 ਸਿੰਘ ਸ਼ਹੀਦ ਹੋਏ ਆ, ਜੋ ਬੱਚੇ ਸ਼ਹੀਦ ਹੋਏ ਆ, ਉਹਨਾਂ ਦੀਆਂ ਵੀ ਸਟੇਟਮੈਂਟਾਂ ਆਈਆਂ ਕਿ ਸਾਡੇ 'ਤੇ ਸਾਨੂੰ ਕੋਈ ਇਹੋ ਜਿਹਾ ਦਬਾਅ ਨਹੀਂ ਹੈਗਾ। ਹੁਣ ਇਹਦਾ ਮਤਲਬ ਇਹ ਹੈ ਕਿ ਤੁਸੀਂ ਪੋਲਿਟਿਕਸ 'ਤੇ ਕਰੀ ਜਾਂਦੇ ਹਾਂ, ਇੱਧਰੋਂ ਬਿਆਨ ਆ ਗਈ ਉੱਧਰੋਂ ਬਿਆਨ ਆ ਗਏ, ਜਿਹੜਾ ਮੇਨ ਮੁੱਦਾ ਉਹਦਾ ਐਂਡ ਅੰਤ ਰਿਜ਼ਲਟ ਕਦੋਂ, ਕਲੋਜ਼ ਰਿਪੋਰਟ ਕਦੋਂ ਆਊਗੀ, ਜਿਹਦੇ ਕਰਕੇ ਸਾਰਾ ਪੰਜਾਬ ਇੱਕ ਵਾਰੀ ਤੁਹਾਨੂੰ ਪਤਾ ਚੱਬੇ ਦੇ ਵਿੱਚ 10 ਲੱਖ ਲੋਕ ਇਕੱਠਾ ਹੋ ਕੇ ਅੰਬਰਾਇਲ ਹੋਇਆ, ਸਾਰਾ ਕੇਸ ਐਡਾ ਵੱਡਾ ਬਣਿਆ, ਹੁਣ ਅਜੇ ਤੱਕ ਵੀ ਜੇ ਸਰਕਾਰਾਂ ਨਹੀਂ ਸਮਝਦੀਆਂ, ਇਹੀ ਕਾਰਨ ਆ ਕਿ ਪ੍ਰਗਟ ਸਿੰਘ ਵਰਗੇ ਮੈਨੂੰ ਕਹਿਣਾ ਪੈ ਰਿਹਾ 4 ਪੇਜ ਦੀ ਚਿੱਠੀ ਲਿਖ ਕੇ ਸਾਰਾ ਕੁਝ, ਅੱਜ ਵੀ ਉਹਨਾਂ ਦੇ ਬਿਆਨ ਆਏ ਆ, ਪ੍ਰਗਟ ਸਿੰਘ ਨੇ ਸਦਨ ਵਿੱਚ ਵੀ ਬੋਲਿਆ, ਹਾਂ ਬਿਲਕੁਲ ਬਿਲਕੁਲ ਅੱਜ ਵੀ ਬੋਲਿਆ ਉਹਨਾਂ ਨੇ, ਮੈਂ ਪੜ੍ਹਿਆ, ਇਸ ਕਰਕੇ ਉਹਨਾਂ ਨੇ ਉਹ 4 ਪੇਜਾਂ ਦੀ ਚਿੱਠੀ ਵਿੱਚ ਵੀ ਇਹ ਮੈਨਸ਼ਨ ਕੀਤਾ, ਸਾਰੇ ਮਾਫੀਆ ਬਾਰੇ ਮੈਨਸ਼ਨ ਕੀਤਾ, ਮਤਲਬ ਕੀ ਆ ਕਿ ਪਾਰਟੀਆਂ ਦੇ ਅੰਦਰ ਅੱਜ ਹਾਲਾਤ ਇਹ ਬਣ ਗਈ ਆ ਕਿ ਲੀਡਰ ਜਿਹੜੇ ਆ ਉਹ ਆਪਣੇ ਕਬਜ਼ੇ ਪਾਰਟੀਆਂ 'ਚ ਵੀ ਕੀਤੇ ਆ ਅਤੇ ਸਰਕਾਰਾਂ 'ਤੇ ਵੀ ਕਰਦੇ ਆ, ਜਿਹੜੇ ਥੱਲੇ ਪਾਰਟੀਆਂ ਦੇ ਬੰਦੇ ਆ ਉਹ ਉਹਨਾਂ ਦੇ ਲੀਡਰ ਵੀ ਨਹੀਂ ਸੁਣਦੇ ਅਤੇ ਸਰਕਾਰਾਂ 'ਚ ਜਦੋਂ ਸੱਤਾ 'ਚ ਆਉਂਦੇ ਉਦੋਂ ਨਹੀਂ ਸੁਣਦੇ, ਸਾਰੇ ਪਾਸੇ ਤੁਸੀਂ ਦੇਖੋ ਬਗਾਵਤ ਹੋ ਰਹੀ ਹੈ, ਇਹ ਬਗਾਵਤ ਇੰਝ ਹੀ ਵੱਧਦੀ ਰਹੂਗੀ ਜੇ ਇਹਨਾਂ ਨੇ ਅਜੇ ਵੀ ਤੇਜ਼ੀ ਨਾਲ ਇਨਸਾਫ਼ ਵੱਲ ਅੱਗੇ ਕਦਮ ਨਾ ਵਧਾਏ। ਕਲੀਅਰ ਸਾਹਿਬ, ਪ੍ਰਗਟ ਸਿੰਘ ਹਰਾਂ ਨੇ ਜਿਹੜਾ ਮੁੱਦਾ ਚੁੱਕਿਆ ਹੈਗਾ, ਜਿਹੜਾ ਬੰਦਾ ਇਹ ਮੁੱਦਾ ਚੁੱਕਦਾ ਹੈਗਾ ਕਿ ਬੇਅਦਬੀ ਦੇ ਮਾਮਲੇ 'ਚ ਇਨਸਾਫ਼ ਮਿਲਣਾ ਚਾਹੀਦਾ, ਤੁਸੀਂ ਉਹਦੇ ਨਾਲ ਖੜੋਗੇ ਨਾ, ਅਕਾਲੀ ਦਲ ਨਾਲ ਖੜੂਗਾ? ਮੈਂ ਹਰ ਉਸ ਅਕਾਲੀ ਦਲ ਹਰ ਉਸ ਬੰਦੇ ਦੇ ਨਾਲ ਹੈ ਜੋ ਇਸ ਬੇਅਦਬੀ ਦੇ ਵਿੱਚ ਇਨਸਾਫ਼ ਦੀ ਮੰਗ ਕਰ ਰਿਹਾ, ਬੇਅਦਬੀ ਹੋਵੇ ਬਹਿਬਲ ਕਲਾਂ ਹੋਵੇ। ਪਰ ਜਿੱਥੇ ਪ੍ਰਗਟ ਸਿੰਘ ਜੀ ਦਾ ਸਵਾਲ ਹੈ, ਪ੍ਰਗਟ ਸਿੰਘ ਜੀ ਨੂੰ ਮੈਂ ਤਾਂ ਇਹ ਗੱਲ ਕਹਿਣਾ ਕਿ ਪ੍ਰਗਟ ਸਿੰਘ ਜੀ ਦਾ ਇਹ ਮੋਡਸ ਪਰੈਂਡੇ ਬਣ ਗਿਆ ਕਿ ਪਹਿਲਾਂ ਇੱਕ ਸਰਕਾਰ 'ਚ ਉਹ 'ਤੇ ਇਲਜ਼ਾਮ ਲਾਓ ਅਗਲੀ 'ਚ, ਉਹ ਸਿਰਫ ਆਪਣੇ ਪੋਲੀਟੀਕਲ ਮਫਾਦ ਉਹ ਵੀ ਉਹ ਕਿਸੇ ਲੈਵਲ 'ਤੇ ਉਹਨੂੰ ਉਹ ਵੀ ਦੇਖਦੇ ਨੇ, ਹੁਣ ਅਗਲੀ ਇੱਕ ਆਪਣੀ ਸਟੇਜ ਦੇਖ ਰਹੇ ਨੇ ਕਿ ਮੈਂ ਕਿੱਥੇ ਜਾਵਾਂ। ਨਹੀਂ ਬੇਅਦਬੀ ਦੇ ਮਾਮਲੇ 'ਤੇ ਬੋਲ ਕੇ ਪ੍ਰਗਟ ਸਿੰਘ ਨੂੰ ਕੀ ਮਿਲ ਜਾਣਾ ਬੇਅਦਬੀ ਦੇ ਮਾਮਲੇ 'ਤੇ ਬੋਲ ਕੇ? ਮੈਂ ਫਿਰ ਦੁਬਾਰਾ ਇਹ ਗੱਲ ਕਹਿ ਰਿਹਾ ਕਿ ਸਰਕਾਰ ਇੱਕ ਬਹੁਤ ਜ਼ਿਆਦਾ ਨੌਨ ਪਰਫਾਰਮੈਂਸ 'ਤੇ ਘਿਰੀ ਹੋਈ ਹੈ ਕਾਂਗਰਸ ਦੀ ਸਰਕਾਰ, ਬਾਕੀ ਮੁੱਦਿਆਂ 'ਤੇ ਲੈ ਕੇ ਬੇਅਦਬੀ ਦੇ ਉੱਤੇ ਜੋ ਇਹਨਾਂ ਨੇ ਕੂੜ ਪ੍ਰਚਾਰ ਕੀਤਾ, ਸਬੂਤ ਕੋਈ ਹੈ ਨਹੀਂ, ਕਾਰਵਾਈ ਕੋਈ ਕਰ ਨਹੀਂ ਪਾ ਰਹੇ, ਸੋ ਹੁਣ ਕਿਤੇ ਨਾ ਕਿਤੇ MLA ਆਪਣਾ ਬਚਾਅ ਆਪ ਕਰਨ ਲਈ ਸਾਹਮਣੇ ਆ ਰਹੇ ਨੇ ਕਿ ਲੋਕ ਕੱਲ ਨੂੰ ਸਾਨੂੰ ਨਾ ਸਵਾਲ ਖੜੇ ਕਰਨ ਕਿ ਤੁਸੀਂ ਕਾਂਗਰਸ ਦੀ ਬੇੜੀ 'ਚ ਸੀ ਅਤੇ ਕਾਂਗਰਸ ਨੇ ਕੋਈ ਇਨਸਾਫ਼ ਨਹੀਂ ਦਿੱਤਾ। ਨਹੀਂ ਕਲੇਸ਼ ਸਾਹਿਬ, ਜੇ ਇੰਨਾ ਜੁਰਤ ਕਰਕੇ ਉਹ ਕੋਈ ਗੱਲ ਕਹਿ ਰਿਹਾ ਔਰ ਪਬਲਿਕਲੀ ਕਹਿ ਰਿਹਾ ਔਰ ਉਹਦੇ ਅੰਦਰ ਅਸੈਂਬਲੀ 'ਚ ਜਾ ਕੇ, ਤੁਹਾਨੂੰ ਉਹਦਾ ਐਪਰੀਸ਼ੀਏਟ ਕਰਨ ਦੀ ਜਗ੍ਹਾ ਐਪਰੀਸ਼ੀਏਟ ਕਰਦਾ ਬਟ ਤੁਸੀਂ ਦੋਸ਼ ਲਾਤਾ ਕਿ ਕਿਤੇ ਹੋਰ ਜਗ੍ਹਾ ਲੱਭਣ ਦੀ ਕਰ ਰਹੇ ਹੈ ਕਿ ਨਾ, ਹੋਰ ਜਗ੍ਹਾ ਜਲੇਰ ਸਾਹਿਬ ਜਿਹੜੇ ਤੁਹਾਡੇ ਅਕਾਲੀ ਦਲ ਹੈ ਉਹ ਕਿਉਂ ਨਹੀਂ ਵਿਧਾਨ ਸਭਾ ਜਾ ਕੇ ਡਿਮਾਂਡ ਕਰਦਾ ਕਿ ਬੇਅਦਬੀ ਦੇ ਮਾਮਲੇ ਛੇਦੀ ਬੰਦੇ ਨੂੰ ਅਰੈਸਟ ਕਰੋ ਜੀ, ਕੋਈ ਫੈਸਲਾ ਕਰੋ? ਅੱਜ ਤੱਕ 4 ਸਾਲਾਂ ਦੇ ਵਿੱਚ ਅਕਾਲੀ ਦਲ ਨੇ ਤੁਹਾਨੂੰ ਇਸ ਚੀਜ਼ ਦਾ ਪਤਾ ਨਹੀਂ ਹੈਗਾ ਸ਼ਰਮਾ ਜੀ, ਫਿਰ ਮੈਂ ਇਹ ਦੁਬਾਰਾ ਆ ਜਾ, ਅਗਰ ਬੇਅਦਬੀ ਬਹਿਬਲ ਕਰਾਂ ਦੀ ਕੋਈ ਲੜਾਈ ਲੜ ਰਿਹਾ ਹੈ
अगर क्लोजर रिपोर्ट की भी मोहाली कोर्ट च लड़ाई लड़ रहा तो श्रोमणी अकाली दल है, श्रोमणी अकाली दल, श्रोमणी अकाली दल नहीं, जस्टिस रणजीत सिंह की रिपोर्ट नु पा रिया ते पैरां थले रोलिया, जस्टिस रणजीत सिंह के केस लियां दे तुसी संबंधित परिवारां ते सियासत कर रहे हो, असी कोई सियासत नहीं कर रहे, इहदी गल इह है कि जो दूजियां पार्टियां ने कोई प्रचार कीता उहदा कोई सबूत नहीं हैगा, श्रोमणी अकाली दल दी जस्टिस लिप्त नहीं हैगा, हुण सबूत नहीं मिल रहा तां तुसी हुण कूड़ प्रचार कीते, एक बार प्लीज तुसी क्यों नहीं साफ शर्मा जी क्लियर साहब तुसी कोई मता लेके आए हो कि बेदबी दे मामले च इंसाफ मिले? मैं नकोदर कांड का भी जिक्र करना चाहना, उदो 1986 वेले का हुण दी भी गल कर रहे हैं, तुहाडियां सरकारां वेले बेदबी क्यों हुई? मैं केपी जी फिर दोबारा कहना कि साड़ी सरकार दे दौरान बेअदबी हुई और वाकई वो बहुत नमोशीजनक गल है, कार्रवाई क्यों नहीं की मानते हैं, पर डेढ़ साल उस तो बाद साड़ी सरकार रही ते असी ये गल कहने हैं कि बेअदबी दे जेड़े सीगे ओदी प्रॉपर इन्वेस्टिगेशन हो रही, और सर मैं पता लेके आऊंगा सदन दे विच, बड़ी दूर की गल है, इन्हां दी सरकार ने जोरा सिंह कमीशन बनाया, अकाली दल ने, अकाली दल ने जोरा सिंह कमीशन की रिपोर्ट है विधानसभा च क्यों नहीं लेके आए, क्यों नहीं और अगर कुछ सी तो कांग्रेस सरकार उस रिपोर्ट नु अडॉप्ट कर लेंदी, नवा कमीशन क्यों बनाया? तुसी एडवोकेट हो, कतल दे केस च कोई कोड ऑफ कंडक्ट नहीं हुंदा, दो विधानसभा दा सेशन दे विच कोड ऑफ कंडक्ट नहीं हुंदा, दो सेशन दा कतल चल रही है, और ऐसे मेरा सवाल, मांगर साहब प्लीज, मेरा सवाल एक क्लियर साहब, जिहड़ी जस्टिस रणजीत सिंह दी चिट्ठी है केपी सिंह कोल, ओदे विच दो बंदियां दे उत्ते इन्हां ने कहा सी वी साडे ते प्रेशर पा रहे आ, एक ताड़ी पार्टी का गुरचेत सिंह ढिल्लों सीगा श्रोमणी अकाली दल यूथ अकाली दल का, हुण तुसीं इह दसो भी ताड़ी पार्टी का यूथ लीडर एक विटनेस ते क्यों प्रेशर पा रहा कि उहनू Yes, you have to tell us. तुसीं साडे प्रेस कॉन्फ्रेंस करके मांगर साहब सरकार थोड़ी है, ਤੁਸੀਂ ਆਪਣੇ ਮੰਤਰੀ ਤੇ ਕੀ ਐਕਸ਼ਨ ਲਾਇਆ ਹੋ ਦੱਸੋ, ਇੱਕ ਗੁਰਚੇਤ ਭੁੱਲਰ ਜਿਹਦੇ ਕੋਲ ਕੋਈ ਪਾਵਰ ਨਹੀਂ ਹੈਗੀ, ਉਹ ਤਾਂ ਇਲਜ਼ਾਮ ਲਾ ਰਿਹਾ, ਮੰਗਰ ਸਾਹਿਬ ਐਮਐਲਏ ਤੁਹਾਡਾ ਮੰਤਰੀ ਐਮਐਲਏ ਉਹ ਡਾਲੀਆਂ ਮਾਰ ਕੇ ਕੁਝ ਨਹੀਂ ਹੋਇਆ, ਕਾਰਵਾਈ ਕਰਕੇ ਦਿਖਾਓ ਲੋਕਾਂ ਨੂੰ, ਇਦਾਂ ਨਾ ਕਰੋ ਪਲੀਜ਼, ਪੜ ਕੇ ਦਿਖਾਓ, ਤੁਸੀਂ ਕਿਹੜੀਆਂ ਗੱਲਾਂ 'ਚ ਬੈਠੇ ਹੋ, ਮੰਗਰ ਸਾਹਿਬ ਇੱਕ ਮਿੰਟ ਪਲੀਜ਼, ਜਵਾਬ ਨਹੀਂ ਹੈਗਾ, ਇੱਕ ਮਿੰਟ ਕਲੀਅਰ ਸਾਹਿਬ, ਮੰਗਰ ਸਾਹਿਬ ਇੱਕ ਮਿੰਟ ਪਲੀਜ਼, ਸਰਕਾਰ ਤੁਹਾਡੀ ਹੈ, ਇੱਕ ਮਿੰਟ ਪਲੀਜ਼, ਤੁਹਾਡੀ ਹੈ, ਤੁਸੀਂ ਦੱਸੋ ਕੀ ਐਕਸ਼ਨ ਲਿਆ, ਸਰ ਮੈਂ ਦੂਜੀ ਬੋਲ ਸਕਦਾ, ਇੱਕ ਮਿੰਟ ਸਗੜਾ ਸਾਹਿਬ ਪਲੀਜ਼ ਪਲੀਜ਼, ਮੰਗਰ ਸਾਹਿਬ ਪੂਰੀ ਚਿੱਠੀ ਪੜੋ ਜਸਟਿਸ ਰਣਜੀਤ ਸਿੰਘ ਦੀ, ਤੁਹਾਡੇ ਸਵਾਲ ਚੁੱਕੇ ਹੋਏ ਆ, ਤੁਸੀਂ ਅੱਧੇ ਸਵਾਲ ਦੱਸ ਦਿਓ, ਅੱਧੇ ਸਵਾਲ ਦੱਸ ਦਿਓ, ਪਤਾ ਨਹੀਂ ਅੱਧੀ ਦੂਰੀ ਗੱਲ ਕਰਨੀ ਸਾਨੂੰ ਕਿਉਂ ਆਦਤ ਪੈ ਗਈ, ਪ੍ਰੋਫੈਸਰ ਮਨਜੀਤ ਸਿੰਘ ਕਲੋਜ਼ਿੰਗ ਕਮੈਂਟ ਮੈਨੂੰ ਤੁਹਾਡੇ ਚਾਹੀਦੇ ਆ, ਤੁਸੀਂ ਪਹਿਲਾਂ ਵੀ ਵੈਸੇ ਗੱਲ ਕਹਿ ਚੁੱਕੇ, ਮੈਨੂੰ ਲੱਗਦਾ ਕਿ ਮੈਂ ਇਸ ਮੁੱਦੇ ਤੇ ਬਹਿਸ ਕਰਨੀ ਛੱਡ ਦਵਾਂ, ਮੈਨੂੰ ਲੱਗਦਾ ਨਹੀਂ, ਬਿਲਕੁਲ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਕਿਉਂ ਕਰਾਂ ਬਹਿਸ, ਮੈਨੂੰ ਤਾਂ ਦੱਸ ਦਿਓ ਨਾ, ਮੇਰੇ ਦਰਸ਼ਕ ਮੈਨੂੰ ਸਵਾਲ ਕਰਦੇ ਆ, ਤੁਸੀਂ ਵਾਰ ਵਾਰ ਬਹਿਸ ਕਰਦੇ ਹੋ, ਨਿਚੋੜ ਤਾਂ ਕੋਈ ਨਿਕਲਦਾ ਨਹੀਂ ਪਿਆ, ਇਹ ਗੱਲ ਤੁਹਾਡੀ ਗੱਲ ਠੀਕ ਹੈ ਕਿ ਅਸੀਂ ਵੀ ਐਮਬੈਰਸ ਤੇ ਹੁੰਦੇ ਆ ਕਿ ਆਪਾਂ ਬਾਰ ਬਾਰ ਗੱਲ ਉਹ ਹੀ ਕਰਦੇ ਹੈਗੇ ਆ, ਪਰ ਜਦ ਤੱਕ ਇਹ ਗੱਲ ਸਿਰੇ ਨਹੀਂ ਲੱਗਦੀ ਬਹਿਸ ਤੇ ਚੱਲੂਗੀ, ਲੋਕਾਂ ਦੀ ਉਮੀਦ ਹੈ, ਆਪਾਂ ਲੋਕਾਂ ਨੂੰ ਵੋਟਾਂ ਇਸ ਕਰਕੇ ਪਈਆਂ, ਇੱਕ ਮੁੱਖ ਕਾਰਨ ਇਸ ਸਰਕਾਰ ਨੂੰ ਲਿਆਉਣ ਦਾ ਸੀਗਾ ਨਸ਼ਿਆਂ ਤੋਂ ਇਲਾਵਾ, ਇੱਕ ਕਿ ਇਨਸਾਫ ਮਿਲੂਗਾ, ਇਸ ਗੱਲ ਦੀ ਛੇਤੀ ਰਿਪੋਰਟ ਐਕਸਪੀਡਾਈਟ ਹੋਊਗੀ, ਜੇ ਉਹ ਨਹੀਂ ਮਿਲਿਆ ਤਾਂ ਲੋਕਾਂ ਦੀ ਜਿਹੜੀ ਤਰਾਸਦੀ ਅਤੇ ਉਹਨਾਂ ਦੀ ਨਾਰਾਜ਼ਗੀ ਵੀ ਇਹ ਤੁਸੀਂ ਆਪਾਂ ਅੰਦਾਜ਼ਾ ਲਾ ਸਕਦੇ, ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਇਹਨੂੰ ਬੰਦ ਕਰਨਾ ਚਾਹੀਦਾ, ਸਗੋਂ ਸਾਨੂੰ ਇਹਨੂੰ ਹੋਰ ਤਿੱਖੇ ਰੂਪ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਿਉਂ ਇਹ ਨਹੀਂ ਹੋ ਰਿਹਾ ਉਹਦਾ ਅਲੱਗ ਕਰਕੇ ਲੋਕਾਂ ਨੂੰ ਦੱਸਣਾ ਚਾਹੀਦਾ। ਕਾਂਗਰਸ ਦੇ ਇੱਕ MLA ਨੇ ਉਦੋਂ ਰਮਨਜੀਤ ਸਿੰਘ ਸਿੱਕੀ ਖਡੂਰ ਸਾਹਿਬ ਤੋਂ ਸੀਗੇ, ਉਹਨੇ ਅਸਤੀਫਾ ਦੇ ਦਿੱਤਾ ਸੀਗਾ ਕਿ ਇਹਨਾਂ ਦੇ ਘਟਨਾਵਾਂ ਦਾ ਸ਼੍ਰੋਮਣੀ ਅਕਾਲੀ ਦਲ ਕਾਰਵਾਈ ਨਹੀਂ ਕਰ ਰਿਹਾ। ਹੁਣ ਕਿੱਥੇ ਨੇ ਰਮਨਜੀਤ ਸਿੰਘ ਸਿੱਕੀ ਜਦੋਂ ਉਹਨਾਂ ਦਾ ਆਪਣਾ ਚੁਣਿਆ ਹੋਇਆ ਮੁੱਖ ਮੰਤਰੀ ਨਹੀਂ ਕਾਰਵਾਈ ਕਰ ਰਿਹਾ? ਉਸ ਵੇਲੇ ਦੀ ਕਾਰਵਾਈ ਬਹੁਤ ਸ਼ਲਾਘਾਯੋਗ ਸੀ। ਸੋ ਇਹਦਾ ਕਲੀਅਰ ਕੱਟ ਮਤਲਬ ਨਿਕਲਦਾ ਆ, ਜਿਹੜੇ ਅਰਸ਼ਦੀਪ ਜੀ ਹੁਣੀ ਕਾਂਗਰਸ ਦੇ ਸਪੋਕਸਮੈਨ ਨੂੰ ਜੋੜ ਪਾ ਕੇ ਕਹਿ ਰਹੇ ਕਾਰਵਾਈ ਕਰੋ, ਕਿਉਂਕਿ ਇਹਨਾਂ ਨੂੰ ਪਤਾ ਹੈ, ਇਹਨਾਂ ਦਾ ਮੁੱਖ ਮੰਤਰੀ ਔਰ ਸਾਰੀ ਪਬਲਿਕ ਨੂੰ ਬਤਾਇਆ, ਇਹਨਾਂ ਦਾ ਮੁੱਖ ਮੰਤਰੀ ਇਹਨਾਂ ਦੇ MLAs ਦੀ ਹੋਰਾਂ ਦੀ ਗੱਲ ਨਹੀਂ ਸੁਣਦਾ, ਉਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨਾਲ ਰਲਿਆ ਹੋਇਆ ਹੈ। ਨਰੇਸ਼ ਸ਼ਰਮਾ ਜੀ, ਨਰੇਸ਼ ਸ਼ਰਮਾ ਕਲੋਜ਼ਿੰਗ ਕਮੈਂਟ ਚਾਹੀਦੇ ਆ। ਦੇਖੋ ਸਵਾਲ ਇਹ ਹੈਗਾ ਕਿ ਮੁੱਖ ਮੰਤਰੀ ਸਾਹਿਬ ਕਾਰਵਾਈ ਕਰਨਾ ਨਹੀਂ ਚਾਹੁੰਦੇ ਜਾਂ ਮੁੱਖ ਮੰਤਰੀ ਸਾਹਿਬ ਦੇ ਕੋਲੇ ਕੋਈ ਸਬੂਤ ਪਹੁੰਚਦੇ ਨਹੀਂ ਪਏ, ਵਜ੍ਹਾ ਕੀ ਹੈ?
कि भी जिहड़ी सियासी जमातां हुंदियां ने ना इन्हां लई कोई धर्म बहुत वड्डा इशू नहीं हुंदा ना इन्हां लई गुरु की कोई महत्ता है जिस गुरु ने इन्हां नूं इस पदवी ते बिठाया जिस गुरु ने इन्हां नूं इत्थे बिठाया इन्हां नूं उहदी भी कोई फिक्र नहीं है ये सिर्फ इन्हां नूं है कि सत्ता चाहना सियासत चाहना जिवें मर्जी आईए तुसीं देखो सुनील जाखड़ ने 2 साल पहलां सवाल खड़े किए कि उही अफसरशाही जिहड़ी सुखबीर बादल दी अज्ज उह पंजाब दे विच काम कर रही है तो उस तों बाद इन्हां ने माड़ी मोड़ी चेंज की तो यदा मतलब कितना कितने फ्रेंडली मैच हैगा इस करके देखो दोनों आपस में फ्रेंडली खेल रहे बादल ते कैप्टन दोनों इक्को जिहा फर्क हैगा कोई देखो फर्क थोड़ा जा है बादल साहब थोड़े जे शेड्यूल पॉलिटिशियन मने जाते हैं हाँ। तो कैप्टन साहब तुम्हें पता ही है जी वो सीधे कैप्टन साहब का स्टाइल बिल्कुल बखरा है हाँ। तो इस करके दोनों फर्क तो है ही है हाँ। कितना कितने पर देखो ज जिस तरह की ये अज लोगों उम्मीदा सी पंजाब दे विच बेअदबी मामले के उत्ते देखो ज गुरु साहब की बेअदबी होना एक बहुत बड़ी जिस दे नाँ ते तुसीं लोगों वादे करके आए उस गुरु के नाँ ते तुसीं लोगों इंसाफ नहीं दवा सके अपने गुरु नूं इंसाफ नहीं दवा सके तुसीं की करोगे तुसीं आम लोगों नूं वरत्या जा रहा पहला भी वरत्या गया हुण भी वरत्या जा बिल्कुल वरत्या जा रहा नहीं अपनी सत्ता की खातर मैं यही गल कहना पर फर्क की है फर्क की गल नहीं कि शड्यूल्ड पॉलिटिशियन है कि इमानदार पल ਜਦੋਂ ਕੁਛ ਜਦੋਂ ਜਦੋਂ ਕਿੰਨੇ ਚੰਗੇ ਤੋਂ ਚੰਗਾ ਵੀ ਬੰਦਾ ਹੈ ਨਿੱਜੀ ਤੌਰ ਦੇ ਉੱਤੇ ਪਰ ਜੇ ਉਹ ਕੰਮ ਕਰਦਾ ਨਹੀਂ ਜਾਂ ਉਹਨੂੰ ਕਰਨ ਦਿੱਤਾ ਨਹੀਂ ਜਾ ਰਿਹਾ ਕਿਸੇ ਦਬਾਅ ਥੱਲੇ ਬੈਠਾ ਹੋਇਆ ਤਾਂ ਫਿਰ ਉਹ ਕਾਹਦਾ ਚੰਗਾ ਮਾੜਾ ਕੋਈ ਚੰਗੇ ਮਾੜੇ ਦੀ ਗੱਲ ਨਹੀਂ ਹੈ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਕੋਈ ਨਹੀਂ ਕਰ ਰਿਹਾ ਦੋਨਾਂ ਨੇ ਡਿਲੀਵਰ ਨਹੀਂ ਕੀਤਾ ਸੱਤਾ ਲਈ ਠੀਕ ਹੈ ਆਪਣੀ ਸੱਤਾ ਚ ਆਉਣ ਲਈ ਬੜੇ ਸਿਆਣੇ ਆ ਕੋਈ ਚੰਗਾ ਹੋ ਸਕਦਾ ਕੋਈ ਮਾੜਾ ਹੋ ਸਕਦਾ ਪਰ ਲੋਕਾਂ ਲਈ ਕੰਮ ਨਹੀਂ ਹੋ ਰਿਹਾ ਚਲੋ ਬਹੁਤ ਧੰਨਵਾਦ ਪ੍ਰਸਮਜੀਤ ਸਿੰਘ ਤੁਹਾਡਾ ਨਰੇਸ਼ ਸ਼ਰਮਾ ਤੁਹਾਡਾ ਬਹੁਤ ਧੰਨਵਾਦ ਅਰਸ਼ੀਤ ਸਿੰਘ ਕਲੇਰ ਤੁਹਾਡਾ ਬਹੁਤ ਧੰਨਵਾਦ ਗੁਰਮਨੀਤ ਮਾਗੜ ਤੁਹਾਡਾ ਬਹੁਤ ਧੰਨਵਾਦ ਜਗਤਾਰ ਸਿੰਘ ਜਿਹੜਾ ਤੁਹਾਡਾ ਬਹੁਤ ਧੰਨਵਾਦ ਬਹਿਸ ਤਿੱਖੀ ਹੋਣੀ ਚਾਹੀਦੀ ਪ੍ਰਸਮਜੀਤ ਸਿੰਘ ਕਹਿ ਰਹੇ ਆ ਮੈਨੂੰ ਲੱਗਦਾ ਸੀ ਕਿ ਇਸ ਮੁੱਦੇ ਤੇ ਬਹਿਸ ਹੁਣ ਬੰਦ ਕਰ ਦੇਣੀ ਚਾਹੀਦੀ ਹੈ ਪਰ ਪ੍ਰਸਮਜੀਤ ਸਿੰਘ ਕਹਿ ਰਹੇ ਬਹਿਸ ਤਿੱਖੀ ਹੋਣੀ ਚਾਹੀਦੀ ਹੈ ਤਿੱਖੀ ਹੋਰ ਕਰਾਂਗੇ ਬਹਿਸ ਜ਼ਰੂਰ ਨਹੀਂ ਛੱਡਾਂਗੇ ਇਹ ਮੁੱਦਾ ਕਿਉਂਕਿ ਇਸ ਮੁੱਦੇ ਤੇ ਬਹਿਸ ਹੋਣੀ ਲਾਜ਼ਮੀ ਹੈ ਤਾਂ ਹੀ ਇਹਨਾਂ ਸਿਆਸਤਦਾਨਾਂ ਨੂੰ ਸ਼ੀਸ਼ਾ ਦਿਖੇਗਾ ਕਿ ਅਸਲ ਵਿੱਚ ਤੁਸੀਂ ਕਰ ਕੀ ਰਹੇ ਹੋ ਲੋਕ ਇਨਸਾਫ ਮੰਗਦੇ ਪਏ ਹੈ ਹੋਰ ਵੀ ਮੁੱਦੇ ਹੈਗੇ ਪੰਜਾਬ ਦੇ ਅਸੀਂ ਹਰ ਮੁੱਦੇ ਦਾ ਜ਼ਿਕਰ ਕਰਦੇ ਹਾਂ ਪਰ ਇਹ ਮੁੱਦਾ ਜਿਨ ਤੇ ਸੱਤਾ ਤੱਕ ਬਦਲ ਗਈ ਸੀ ਪੰਜਾਬ ਦੀ ਉਸ ਮੁੱਦੇ ਤੇ ਹੁਣ ਇਹ ਸਿਆਸੀ ਪਾਰਟੀਆਂ ਟਾਲਾ ਕੇ ਵੜਦੀਆਂ ਫਿਰਦੀਆਂ ਇੱਕ ਦੂਜੇ ਦੇ ਵੱਲ ਇਹ ਗੇਂਦ ਆ ਜਿਹੜੀਆਂ ਉਹ ਗੋਲ ਹੈ ਪਾਸ ਕਰਦੀਆਂ ਪਈਆਂ ਸਵਾਲ ਬਹੁਤ ਸਾਰੇ ਹੈਗੇ ਪੀੜਿਤ ਪਰਿਵਾਰ ਦਾ ਵੀ ਸਵਾਲ ਹੈਗਾ ਅਤੇ ਉਸ ਪਰਿਵਾਰ ਦਾ ਸਵਾਲ ਵੀ ਹੈਗਾ ਜਿਨ੍ਹਾਂ ਪਰਿਵਾਰਾਂ ਦੇ ਸ਼ਖਸ ਹੈ ਇਸ ਮਾਮਲੇ ਵਿੱਚ ਸ਼ਹੀਦ ਹੋਏ ਹੈ ਜਿਨ੍ਹਾਂ ਨੂੰ ਉਹ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕਰਦੇ ਪਏ ਹੈ ਪਰ ਸਵਾਲ ਸ਼ਹੀਦ ਦਾ ਦਰਜਾ ਦੇਣ ਦੀ ਨਹੀਂ ਸਵਾਲ ਇਹ ਹੈਗਾ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਦੋਂ ਹੋਵੇਗਾ ਕੋਟਪੁਰਾ ਗੋਲੀਕਾਂਡ ਬਹਿਬਲ ਕਲਾ ਗੋਲੀਕਾਂਡ ਅਤੇ ਬੇਅਦਬੀ ਮਾਮਲਾ ਇਹਨਾਂ ਸਾਰੇ ਮਾਮਲਿਆਂ ਨੂੰ ਅਸੀਂ ਇਕੱਠਾ ਕਰਕੇ ਕਿਸ ਤਰੀਕੇ ਦੇਖ ਸਕਦੇ ਹਾਂ ਪਰ ਇਸ ਸਭ ਦੇ ਵਿੱਚ ਭੂਮਿਕਾ ਜੇ ਰਾਮ ਰਹੀਮ ਦੀ ਹੈ ਉਸ ਬਲਾਤਕਾਰੀ ਦੀ ਉਸ ਦੋਸ਼ੀ ਦੀ ਇਹ ਭੂਮਿਕਾ ਹੈਗੀ ਹੈ ਉਸ 'ਤੇ ਇਹ ਸਿਆਸੀ ਪਾਰਟੀਆਂ ਨੇ ਹੁਣ ਤੱਕ ਕੀਤਾ ਕੀ ਹੈਗਾ SIT ਨੇ ਕੀ ਕੀਤਾ CBI ਨੇ ਕੀ ਕੀਤਾ ਇਹਨਾਂ ਦੀ ਪੁਲਿਸ ਕੀ ਕਰ ਰਹੀ ਹੈ ਅਦਾਲਤਾਂ ਤੱਕ ਕਿਹੜੇ ਸਬੂਤ ਮੁਹੱਈਆ ਕਰਾਏ ਜਾ ਰਹੇ ਹੈ ਕਿਉਂਕਿ ਅਦਾਲਤ ਸਬੂਤ ਮੰਗਦੀ ਹੈ ਜੋ ਸਬੂਤ ਨਹੀਂ ਦਿੱਤੇ ਜਾਣਗੇ ਤਾਂ ਫਿਰ ਅਦਾਲਤਾਂ ਤੱਕ ਸਬੂਤ ਪਹੁੰਚਾਉਣ ਵਾਲੀਆਂ ਜਿਹੜੀਆਂ ਟੀਮਾਂ ਹੈਗੀਆਂ ਜਿਹੜੀਆਂ ਲੀਗਲ ਟੀਮਾਂ ਹੈਗੀਆਂ ਉਹਨਾਂ 'ਤੇ ਵੀ ਸਵਾਲ ਪੁੱਛਣ ਲਾਜ਼ਮੀ ਹੈਗੇ ਆ ਉਹਨਾਂ ਦੇ ਸਵਾਲ ਉੱਠ ਰਹੇ ਆ ਅਤੇ ਜਦੋਂ ਆਪਦੇ ਸਵਾਲ ਪੁੱਛਣੇ ਸ਼ੁਰੂ ਕਰ ਦੇਣ ਤਾਂ ਫਿਰ ਬਹਿਸ ਤਿੱਖੀ ਹੋਣੀ ਚਾਹੀਦੀ ਹੈ ਫਿਰ ਕਰੂੰਗਾ ਜ਼ਰੂਰ ਬਹੁਤ ਧੰਨਵਾਦ